ਪਹਿਲਾਂ ਤੱਕ ਨਹੀਂ ਭੁੱਲਦੇ ਮੀਤ ਪੁਰਾਣੇ ਬਚਪਨ ਦੇ ਮੁੜ ਕੇ ਨਹੀਂ ਆਉਂਦੇ ਦਿਨ ਮਰ ਜਾਣੇ ਬਚਪਨ ਦੇ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਮਾਤਾ ਗੁਜਰੀ ਕਾਲਜ ਦਾ ਯੂਟਿਊਬ ਚੈਨਲ ਤੇ ਮੈਂ ਹਰੀਥਾ ਦਾ ਸਵਾਗਤ ਕਰਦੀ ਹਾਂ। ਤੇ ਇਸ ਵਾਰ ਫਿਰ ਮੌਜੂਦ ਹਾਂ ਇੱਕ ਖਾਸ ਪ੍ਰੋਗਰਾਮ ਲੈ ਕੇ, ਤੇ ਅੱਜ ਦਾ ਸਾਡਾ ਵਿਸ਼ਾ ਹੋਵੇਗਾ ਪ੍ਰੋਗਰਾਮ ਲਈ ਬਹੁਤ ਹੀ ਖਾਸ ਵਿਸ਼ਾ ਹੈ ਜੋ ਕਿ ਅਸੀਂ ਕਦੇ ਭੁੱਲ ਨਹੀਂ ਪਾਉਂਦੇ ਬਚਪਨ ਨੂੰ। ਬਚਪਨ ਤੇ ਅਸੀਂ ਅੱਜ ਗੱਲਾਂ ਕਰਾਂਗੇ, ਬਚਪਨ ਦੀਆਂ ਉਹ ਯਾਦਾਂ ਜੋ ਕਿ ਅਸੀਂ ਚਾਹ ਕੇ ਵੀ ਕਦੇ ਭੁੱਲ ਨਹੀਂ ਪਾਉਂਦੇ। ਤੇ ਬਚਪਨ ਸਾਰਿਆਂ ਦਾ ਹੀ ਬਹੁਤ ਸੋਹਣਾ ਹੁੰਦਾ ਹੈ, ਤੇ ਅੱਜ ਵੀ ਜਦ ਵੀ ਅਸੀਂ ਆਪਣੇ ਬਚਪਨ ਨੂੰ ਯਾਦ ਕਰਦੇ ਹਾਂ ਤਾਂ ਇੱਕ ਤਸਵੀਰ ਜਿਹੜੀ ਆ ਉਹ ਸਾਹਮਣੇ ਆ ਜਾਂਦੀ ਹੈ ਕਿ ਕਿਵੇਂ ਕਿਵੇਂ ਜਿਹੜਾ ਸਾਡਾ ਬਚਪਨ ਹੁੰਦਾ ਸੀਗਾ ਤੇ ਕੀ ਅਸੀਂ ਜਿਹੜੀਆਂ ਸ਼ਰਾਰਤਾਂ ਕਰਦੇ ਸੀਗੇ ਜਾਂ ਕਿਹੜੀਆਂ ਅਸੀਂ ਚੀਜ਼ਾਂ ਆਪਣੇ ਦੋਸਤਾਂ ਨਾਲ ਕਰਦੇ ਸੀਗੇ ਤੇ ਘਰੇ ਜੋ ਕਰਦੇ ਹੁੰਦੇ ਸੀ ਉਹ ਸਭ ਜਿਹੜੀਆਂ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਸਾਂਝੀਆਂ ਕਰਾਂਗੇ। ਤੇ ਇਸ ਵਕਤ ਮੇਰੇ ਨਾਲ ਮੌਜੂਦ ਨੇ ਜਰਨਲਿਜ਼ਮ ਡਿਪਾਰਟਮੈਂਟ ਦੇ ਕੁਝ ਸਟੂਡੈਂਟਸ, ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਉਹਨਾਂ ਨਾਲ ਰੂਬਰੂ ਕਰਵਾ ਦਿੰਦੇ ਹਾਂ। ਸੋ ਪਹਿਲਾਂ ਤਾਂ ਸੰਦੀਪ, ਫਿਰ ਰੇਖਾ, ਗਗਨ ਐਂਡ ਗਗਨ, ਤੇ ਹਰਪ੍ਰੀਤ ਕੌਰ ਤੇ ਗੁਰਵਿੰਦਰ ਸਿੰਘ। ਸੋ ਜ਼ਿਆਦਾ ਸਮਾਂ ਨਹੀਂ ਲੈਂਦੇ ਕਿਉਂਕਿ ਬਚਪਨ ਲਈ ਸਾਰੀਆਂ ਹੀ ਆਪਣੇ ਕੋਲ ਬਹੁਤ ਸਾਰੀਆਂ ਯਾਦਾਂ ਨੇ, ਬਹੁਤ ਸਾਰੀਆਂ ਗੱਲਾਂ ਨੇ ਜੋ ਕਿ ਅਸੀਂ ਸਾਂਝੀਆਂ ਕਰਨ ਜਾ ਰਹੇ ਹਾਂ ਅੱਜ। ਤੇ ਪਹਿਲਾ ਸਵਾਲ ਜਿਹੜਾ ਹੈ ਸੰਦੀਪ, ਆਪਾਂ ਤੁਹਾਡੇ ਤੋਂ ਸ਼ੁਰੂ ਕਰਦੇ ਹਾਂ। ਤੇ ਪਹਿਲਾ ਸਵਾਲ ਆਪਾਂ ਇੱਥੋਂ ਸ਼ੁਰੂ ਕਰਦੇ ਹਾਂ ਕਿ ਬਚਪਨ 'ਚ ਜਿਹੜੀ ਆ ਤੁਹਾਨੂੰ ਜਿਹੜੀ ਸਭ ਤੋਂ ਜਿਹੜੀ ਖੂਬਸੂਰਤ ਚੀਜ਼ ਜਿਹੜੀ ਆ ਉਹ ਕਿਹੜੀ ਲੱਗਦੀ ਹੁੰਦੀ ਸੀ, ਜਾਂ ਫਿਰ ਕੋਈ ਖੂਬਸੂਰਤ ਪਲ ਜਿਹੜਾ ਆ ਜਿਹੜਾ ਸਾਨੂੰ ਅੱਜ ਵੀ ਚੇਤੇ ਨਹੀਂ ਭੁੱਲਦਾ? ਬਚਪਨ ਦਾ ਹਰੇਕ ਪਲ ਹੀ ਖੂਬਸੂਰਤ ਹੁੰਦਾ। ਬਿਲਕੁਲ, ਹਾਂਜੀ, ਬਚਪਨ ਦਾ ਉਹ ਟਾਈਮ ਕਦੇ ਨੀ ਭੁੱਲਦਾ ਜਦੋਂ ਦੋਸਤਾਂ ਨਾਲ, ਸਹੇਲੀਆਂ ਨਾਲ ਖੇਡਣਾ, ਉਹਨਾਂ ਨਾਲ ਖੇਡਣਾ, ਗੀਟੇ ਖੇਡਣੇ, ਗੁੱਡੀਆਂ ਪਟੋਲਿਆਂ ਦੇ ਵਿਆਹ ਕਰਨੇ, ਜਾਗੋ ਕੱਢਣੀ, ਬਟਨਾ ਲਾਉਣਾ, ਇਹ ਸਾਰੀਆਂ ਚੀਜ਼ਾਂ ਕਦੇ ਨੀ ਭੁੱਲਦੀਆਂ। ਇਸ ਤੋਂ ਪਹਿਲਾਂ ਵੀ ਜਦ ਆਪਾਂ ਜ਼ਿਆਦਾ ਛੋਟੇ ਹੁੰਦੇ ਹਾਂ ਤਾਂ ਘਰ ਵਿੱਚ ਆਪਾਂ ਨੂੰ ਮੰਮੀਆਂ ਜਿਹੜੀਆਂ ਦੱਸਦੀਆਂ ਹੁੰਦੀਆਂ ਤੂੰ ਸ਼ਰਾਰਤੀ ਹੁੰਦਾ ਸੀ ਛੋਟੇ ਹੁੰਦਾ ਜਾਂ ਕੀ ਕਰਦਾ ਹੁੰਦਾ। ਅਕਸਰੀ ਹੁਣ ਵੀ ਸਾਡਾ ਟੋਪਿਕ ਹਮੇਸ਼ਾ ਰਾਤ ਨੂੰ ਛਿੜਦਾ ਹੀ ਰਹਿੰਦਾ ਵੀ ਬਚਪਨ ਚ ਕੀ ਕਰਦੇ ਹੁੰਦੇ ਸੀ, ਕਿਵੇਂ ਦਾਦੀ ਨਾਲ ਗੱਲਾਂ ਕਰਨੀਆਂ, ਉਹਨਾਂ ਨਾਲ ਇਲਤਾਂ ਕਰਨੀਆਂ, ਉਹਨਾਂ ਨਾਲ ਖੇਡਦੇ ਰਹਿਣਾ, ਦਾਦੀ ਨਾਲ ਚੁਟਕਲੇ ਸੁਣਨੇ, ਉਹਨਾਂ ਦੀਆਂ ਬਾਤਾਂ ਜੋ ਕਦੇ ਹੁਣ ਭੁੱਲਦੀਆਂ ਨੀ। ਅਕਸਰ ਹੀ ਉਹਨਾਂ ਦੀਆਂ ਬਾਤਾਂ ਸੁਣ ਕੇ ਹੁਣ ਹਾਸਾ ਪੈ ਜਾਂਦਾ। ਕਹਿੰਦੇ ਹੁੰਦੇ ਸੀਗੇ ਕਿ ਦਾਦੀ ਤੁਸੀਂ ਅੱਜ ਮੈਨੂੰ ਕੋਈ ਕਹਾਣੀ ਸੁਣਾਓ, ਰਾਜੇਤੀ ਨੀ ਰਾਜੇ। ਹਾਂਜੀ ਹਾਂਜੀ, ਮੈਂ ਹਮੇਸ਼ਾ ਹੀ ਉਹਨਾਂ ਨਾਲ ਸੌਂਦੀ ਸੀਗੀ। ਕਈ ਵਾਰ ਰਾਤ ਨੂੰ ਉੱਠ ਕੇ ਕਦੇ ਹਾਂ ਕਹਿਣਾ ਵੀ ਮੰਮੀ ਨਾਲ ਸੌਣਾ, ਤਾਂ ਦਾਦੀ ਛੱਡੇ ਹੁੰਦੇ ਸੀ ਕਮਰੇ ਚ, ਮੈਂ ਰਾਤ ਨੂੰ ਬਹੁਤ ਡਰਦੀ ਹੁੰਦੀ ਸੀਗੀ, ਮੈਂ ਕਿਹਾ ਮੇਰੇ ਨਾਲ ਚਲੋ, ਨਹੀਂ ਮੈਂ ਨੀ ਜਾਣਾ। ਅੱਛਾ, ਤੇ ਰੇਖਾ ਮੈਨੂੰ ਲੱਗਾ ਤੁਸੀਂ ਵੀ ਕੁਝ ਕਹਿਣਾ ਚਾਹ ਰਹੇ ਹੋ। ਹਾਂਜੀ, ਜਦੋਂ ਆਪਾਂ ਨਹਾਉਂਦੇ ਨੀ ਸੀ ਹੁੰਦੇ ਫਿਰ ਮੰਮੀ ਪਾਪਾ ਨਾ ਮੰਮੀ ਜਦੋਂ ਕੁੱਟ ਕੇ ਲੈ ਕੇ ਆਉਂਦੇ ਹੁੰਦੇ ਸੀ ਤਾਂ ਗੱਲਾਂ ਬਹੁਤ ਯਾਦ ਆਉਂਦੀਆਂ ਨੇ। ਅੱਗੇ ਵਧਦੇ ਹਾਂ ਦੂਸਰੇ ਸਵਾਲ ਨਾਲ। ਤੇ ਸਭ ਤੋਂ ਜ਼ਿਆਦਾ ਅਸੀਂ ਬਚਪਨ ਦੇ ਵਿੱਚ ਖਿਡੌਣੇ ਬਹੁਤ ਖਰੀਦਦੇ ਹੁੰਦੇ ਸੀਗੇ, ਹੈਨਾ? ਤੇ ਅੱਜ ਵੀ ਜਿਹੜੇ ਖਿਡੌਣੇ ਆ ਮੈਂ ਜਿਹੜੇ ਆ ਬਚਪਨ ਦੇ ਅਜੇ ਵੀ ਸਾਂਭ ਕੇ ਰੱਖੇ ਹੋਏ ਆ। ਤੇ ਤੁਸੀਂ ਜਿਹੜੇ ਬਚਪਨ ਦੇ ਜਿਹੜੇ ਖਿਡੌਣੇ ਆ ਕੀ ਕੀ ਲੈਂਦੇ ਹੁੰਦੇ ਸੀਗੇ, ਤੇ ਕੀ ਕੀ ਜਿਹੜੀਆਂ ਗੁੱਲਕ ਵੀ ਲੈਂਦੇ ਹੁੰਦੇ ਸੀਗੇ ਉਹਦੇ ਵਿੱਚ ਪੈਸੇ ਵੀ ਇਕੱਠੇ ਕਰਕੇ ਰੱਖਦੇ ਹੁੰਦੇ ਸੀ, ਤੁਸੀਂ ਕੀ ਕਰਦੇ ਹੁੰਦੇ ਸੀ? ਕੌਣ ਪਹਿਲਾਂ ਦੱਸਣਾ ਚਾਹੂਗਾ? ਦੇਖੋ, ਪਹਿਲਾਂ ਤਾਂ ਅਸੀਂ ਸਾਰੀ ਕੁੜੀਆਂ ਨੇ ਇਕੱਠੇ ਹੋ ਕੇ 10 ਰੁਪਏ ਦੀ ਗੁੱਡੀ ਤਾਂ ਜ਼ਰੂਰ ਲੈਣੀ ਹੁੰਦੀ ਆ। ਉਹ ਤਾਂ ਸਾਰੀਆਂ ਕੁੜੀਆਂ ਦਾ ਮਤਲਬ ਹੁੰਦਾ ਹੀ ਵੀ ਹਾਂ ਗੁੱਡੀ ਤਾਂ ਲੈਣੀ ਓ ਲੈਣੀ ਆ, ਭਾਵੇਂ ਜਿੰਨੀ ਮਰਜ਼ੀ ਹੋਣ। ਫਿਰ ਖੇਡਣਾ ਉਹਦੇ ਨਾਲ ਇਕੱਠੇ ਹੋ ਕੇ। ਫਿਰ ਇੱਕ ਨਾ ਚੋਕਲੇਟ ਤੇ ਪੈਨ ਆਉਂਦਾ ਹੁੰਦਾ ਤਾ ਕਰੰਟ ਵਾਲਾ ਜਿਹੜਾ ਖਿੱਚ ਕੇ, ਹਾਂ ਉਹ ਘਰ ਦੇ ਦਵਾਉਂਦੇ ਨੀ ਸੀ ਕਿਉਂਕਿ ਪਤਾ ਇਹਨਾਂ ਨੇ ਆਪ ਖਿੱਚ ਲੈਣਾ, ਆਪੇ ਰੋਣ ਲੱਗ ਜਾਣਾ, ਫਿਰ ਸਾਡੇ ਗੱਲ ਪੈਣਾ ਇਹਨਾਂ ਨੇ, ਹਨਾ? ਦੂਜਿਆਂ ਨੂੰ ਤਾਂ ਚਲੋ ਤੰਗ ਕਰਨਾ ਹੀ ਆ, ਪਰ ਪਹਿਲਾਂ ਆਪ ਦਾ ਹੀ ਇਹ ਨੁਕਸਾਨ ਕਰੂੰਗੇ। ਉਹ ਚੀਜ਼ ਲੈਣ ਪਿੱਛੇ ਬਹੁਤ ਲੜਾਈ ਹੋਈ ਕਰਦੀ ਮਤਲਬ ਘਰਦਿਆਂ ਨਾਲ ਵੀ, ਹਾਂ ਅਸੀਂ ਕਹਿੰਦੇ ਤਾਂ ਦਵਾਓ, ਘਰਦੇ ਕਹਿੰਦੇ ਤੇ ਨਹੀਂ ਅਸੀਂ ਨੀ ਦਵਾਉਣਾ ਹੈਗਾ ਵੀ ਤੁਸੀਂ ਰੋਵੋਗੇ ਫਿਰ ਇਹ ਕਰੋਗੇ, ਪਰ ਫਿਰ ਵੀ ਜਿੱਦ ਕਰ ਕਰਕੇ ਉਹ ਲਿਓ ਲੈਂਦੇ ਤੇ ਹੋਰਾਂ ਨਾਲ ਜਿਹੜੀ ਸ਼ਰਾਰਤ ਕਰਦੇ ਸੀ ਉਹਨਾਂ ਨੂੰ ਕਹਿੰਦੇ ਵੀ ਲੈ ਲੱਗ ਹੁੰਦੀ ਦੀ ਉਹ ਲੱਗਦੀ ਆ। ਹਾਂ, ਤੇ ਤੁਸੀਂ ਇਸ ਬਾਰੇ ਕੀ ਕਹੋ? ਅਸੀਂ ਨਾ ਵੀ ਜਿਵੇਂ ਹੁੰਦਾ ਸਾਡੇ ਪਿੰਡ ਹਰ ਸਾਲ ਮੇਲਾ ਲੱਗਦਾ ਤੇ ਘਰਦਿਆਂ ਨੇ ਵੀ ਦੱਸਣਾ ਵੀ ਛੋਟੇ ਹੁੰਦੇ ਸੀ ਇੱਦਾਂ ਕਰਦੇ ਸੀ, ਸਾਨੂੰ ਵੀ ਹੁੰਦਾ ਵੀ ਅਸੀਂ ਵੀ ਮੇਲਾ ਲੱਗੂਗਾ ਅਸੀਂ ਵੀ ਲੈ ਕੇ ਆਵਾਂਗੇ ਕੁਛ ਨਾ ਕੁਛ। ਹੁਣ ਵੀ ਮੇਲੇ ਤੇ ਜਾਂਦੇ ਹਾਂ ਨਾ ਛੋਟੇ ਬਚਪਨ ਨੂੰ ਆਪਾਂ ਦੇਖਦੇ ਹਾਂ ਵੀ ਮੈਨੂੰ ਹੁੰਦਾ ਸੀ ਜਿਵੇਂ ਕਹਿੰਦੇ ਕੁੜੀਆਂ ਨੂੰ ਭਾਂਡੇ ਲਾ ਲਓ, ਇਹ ਲੈ ਲਓ, ਮੈਨੂੰ ਐਸੀ, ਮੈਂ ਕਿਹਾ ਮੈਨੂੰ ਵੀ ਕਾਰ ਲੈ ਕੇ ਦਿਓ, ਟੈਂਕ ਲੈ ਕੇ ਦਿਓ, ਮੁੰਡਿਆਂ ਵਾਲੇ ਸ਼ੌਂਕ ਰੱਖੇ ਸੀ, ਮੁੰਡਿਆਂ ਵਾਲੇ ਸ਼ੌਂਕ ਸੀਗਾ, ਮੈਂ ਕਿਹਾ ਮੈਨੂੰ ਵਿਆਹ ਲੈ ਕੇ ਦਿਓ। ਘਰਦਿਆਂ ਨਾਲ ਲੜ ਕੇ ਮੈਂ, ਮੇਰਾ ਭਰਾ ਰੋਣ ਲੱਗ ਗਿਆ, ਕਹਿੰਦਾ ਮੈਂ ਗੰਨ ਲੈਣੀ ਆ, ਮੈਂ ਕਿਹਾ ਮੈਂ ਵੀ ਗੰਨ ਲੈਣੀ ਆ, ਉਹਦੀ ਗੰਨ ਚਲੋ ਹੋ ਗਈ, ਚਲੋ ਫਿਰ ਮੈਨੂੰ ਆਪਣੀ ਦੇ ਦਿੱਤੀ, ਮੈਂ ਕਿਹਾ ਚਲ ਤੂੰ ਇਹ ਲੈ ਲਾ। ਮਤਲਬ ਸ਼ੁਰੂ ਤੋਂ ਏਦਾਂ ਸੀਗਾ। ਤੇ ਮੇਲੇ ਚ ਇੱਕ ਵਾਰੀ ਕੀ ਹੋਇਆ ਕਿ ਮੈਂ ਵਾਇਲਨ ਦੇਖਿਆ, ਘਰਦੇ ਕਹਿੰਦੇ ਕਿ ਬਹੁਤ ਮਹਿੰਗਾ ਵਾਇਲਨ ਆ, ਤੂੰ ਖਰਾਬ ਕਰ ਦੇਣਾ ਥੋੜੇ ਦਿਨਾਂ ਚ, ਮੈਂ ਕਿਹਾ ਨਹੀਂ ਮੈਂ ਲੈਣਾ, ਉੱਥੇ ਰੋਣ ਲੱਗ ਜਿੱਤੇ। ਫਿਰ ਪਾਪਾ ਕਹਿੰਦੇ ਚੱਲ ਲੈ ਲਾ, ਕੋਈ ਨੀ, ਲੈ ਕੇ ਦਿੱਤਾ। ਗੁਲਕਾਂ ਵੀ ਹੁਣ ਬਹੁਤ ਇਕੱਠੇ ਕਰੀਏ ਮੇਲੇ ਦੇ ਵਿੱਚੋਂ, ਹੁਣ ਵੀ ਲਾਸਟ 'ਚ ਮੈਂ ਮੇਲੇ ਤੇ ਗੁਲਕ ਲਈ ਸੀ, ਉਹ ਮੇਰੇ ਕੋਲ ਹੁਣ ਤੱਕ ਉਹੀ ਚੱਲ ਰਹੀ ਆ, ਪਲਾਸਟਿਕ ਦੀ ਸੀਗੀ, ਉਹ ਹੁਣ ਤੱਕ ਚੱਲ ਰਹੀ ਆ ਉਹੀ। ਠੀਕ ਹੈ ਠੀਕ ਹੈ, ਗੁਲਕ ਠੀਕ ਹੈ।
ਤੇ ਤੁਸੀਂ ਗੁੱਲਕ ਕਿਹਨੇ ਕਿਹਨੇ ਖਰੀਦੀ ਇੱਧਰ? ਗੁੱਲਕ ਤਾਂ ਨਹੀਂ ਖਰੀਦੀ, ਬੋਲ ਲਾਈਟਾਂ ਵਾਲੀ ਬੋਲ ਜ਼ਰੂਰ ਖਰੀਦੀ। ਅੱਛਾ, ਪੈਸੇ ਤਾਂ ਤੁਹਾਨੂੰ ਇਕੱਠੇ ਕਰਨ ਦਾ ਸ਼ੌਂਕ ਨਹੀਂ ਸੀ? ਸ਼ੌਂਕ ਹੈਗਾ ਸੀ, ਲੈ ਲਈ ਸੀ ਉਹ ਵੀ, ਤੋੜਤੀ ਸੀ ਫਿਰ ਇੱਕ 2 ਮਹੀਨੇ ਬਾਅਦ ਤੋੜਤੀ। ਜਦੀ ਪੈਸੇ ਲੈ ਕੇ ਬਸ ਜਦੀ ਦੁਕਾਨ ਤੇ ਚਲੇ ਜਾਂਦੇ ਹੁੰਦੇ ਸੀ, ਨਮਕੀਨ ਲਿਆਉਂਦੇ ਸੀਗੇ ਤੇ ਐਵੇਂ ਫਿਰ ਖਾਣੇ ਵਾਲੀ ਚੀਜ਼ਾਂ 'ਚ ਹੀ ਖਰਚੇ ਆਉਂਦੇ ਹੁੰਦੇ ਸੀਗੇ ਪੈਸੇ। ਵਧੀਆ। ਮੈਂ ਤਾਂ ਪਤਾ ਕੀ ਕਰਦੀ ਹੁੰਦੀ ਸੀ, ਮੇਰੇ ਕੋਲ ਗੁੱਲਕ ਜ਼ਰੂਰ ਸੀਗੀ ਤੇ ਮੈਂ ਉਹਨੂੰ ਤੋੜਨਾ ਨਹੀਂ ਚਾਹੁੰਦੀ ਹੁੰਦੀ ਸੀ। ਮੈਨੂੰ ਹੁੰਦਾ ਸੀ ਮੈਂ ਕੋਈ ਸ਼ਰਾਰਤਪੂਣਾ ਜਿਹਾ ਕਰਕੇ ਨਾ ਕੋਈ ਸੂਈ ਸੂਈ ਲੈ ਕੇ ਉਹਨਾਂ ਹੀ ਪੈਸੇ ਕੱਢ ਲੈਂਦੀ ਸੀ ਵਿੱਚੋਂ, ਵੀ ਮੈਨੂੰ ਤੋੜਨੀ ਨਾ ਪਵੇ, ਮੈਨੂੰ ਨਵੀਂ ਲੈਣੀ ਪੈਣੀ ਆ, ਤੇ ਮੈਂ ਤੋੜਦੀ ਨਹੀਂ ਸੀ, ਐਂ ਕੱਢ ਲੈਂਦੀ ਹੁੰਦੀ ਸੀ। ਏਦਾਂ ਹੀ ਮੇਰਾ ਭਰਾ ਕਰਦਾ ਹੁੰਦਾ ਸੀ, ਉਹ ਮੇਰੇ ਪੈਸੇ ਕੱਢ ਲੈਂਦਾ ਹੁੰਦਾ ਸੀਗਾ। ਅੱਛਾ, ਉਹਨੇ ਬਾਜ ਲੈਣਾ, ਬਾਜ ਨਾਲ ਪੈਸੇ ਕੱਢ ਲੈਣੇ, ਕਿਉਂਕਿ ਹੁਣ ਆਪਾਂ ਨੂੰ ਯਾਦ ਤਾਂ ਹੁੰਦਾ ਨਹੀਂ ਸੀ ਵੀ ਕਿੰਨੇ ਪੈਸੇ ਪਾਏ ਤੇ ਕਿੰਨੇ ਨਹੀਂ। ਉਹਨੇ ਕੱਢ ਲੈਣੇ। ਇੱਕ ਕੋਠੀ ਵਾਲੀ ਗੁੱਲਕ ਬਹੁਤ ਉਹ ਚੱਲਦੀ ਸੀ, ਹੁਣ ਵੀ ਹੈਗੀ ਆ ਪਰ ਪਹਿਲਾਂ ਜ਼ਿਆਦਾ ਦੀ। ਉਹਦੇ ਉੱਤੇ ਪੈਸੇ ਰੱਖ, ਕੁੱਤਾ ਆਉਂਦਾ ਤਾਂ ਕੁੱਤਾ ਆਪ ਲੈ ਜਾਂਦਾ ਤਾ ਉਹ ਪੈਸੇ। ਉਹ ਵੀ ਬਹੁਤ ਰਹੀ ਆ ਫੇਵਰੇਟ ਮਤਲਬ ਬੱਚਿਆਂ ਦੀ। ਬਿਲਕੁਲ। ਤੇ ਖਾਣ ਪੀਣ ਵਾਲੀਆਂ ਚੀਜ਼ਾਂ ਕਿਹਨੂੰ ਕਿਹਨੂੰ ਯਾਦ ਆ ਜਿਹੜੀਆਂ ਸਪੈਸ਼ਲੀ ਅੱਜ ਵੀ ਆਪਾਂ, ਮੈਂ ਤਾਂ ਅੱਜ ਵੀ ਕਹਿ ਦਿੰਦੀ ਹਾਂ ਵੀ ਮੰਮੀ ਮੈਂ ਚੀਜ਼ੀ ਲੈ ਕੇ ਆਉਂਦੀ ਹਾਂ, ਕਹਿਣ ਵਿੱਚ ਥੋੜ੍ਹਾ ਉਤਰਾ ਲੱਗ ਰਿਹਾ ਪਰ ਅੱਜ ਵੀ ਕਹਿ ਦਿੰਦੇ ਹਾਂ ਵੀ ਮੰਮੀ ਮੈਂ ਚੀਜ਼ੀ ਲੈ ਕੇ ਆਉਂਦੀ, ਕਿਹਨੂੰ ਕਿਹਨੂੰ ਯਾਦ ਆ? ਮੈਂ ਕਹਿੰਦੀ ਦੋ ਦੋ ਕਰਕੇ ਜਿਹੜੇ ਆ ਨਾ ਸਾਰੇ ਚੀਜ਼ਾਂ ਜਿਹੜੀਆਂ ਆਪਾਂ ਖਰੀਦਦੇ ਹੁੰਦੇ ਸੀ ਖਾਣ ਵਾਲੀਆਂ, ਉਹ ਦੱਸ ਦਿਓ ਤੁਹਾਡੇ ਤੋਂ ਸ਼ੁਰੂ ਕਰਦੇ ਹੁੰਦੇ ਸੀ ਨਾ, ਇੱਕ ਰੁਪਏ ਦੀ ਦੋ ਟੋਫੀਆਂ ਆਉਂਦੀ ਹੁੰਦੀਆਂ ਸੀਗੀਆਂ, ਛੋਟੇ ਛੋਟੇ ਖੱਟਾ ਅੰਬ ਆਉਂਦੇ ਹੁੰਦੇ ਸੀਗੇ, ਪਾਪਾਈ ਪੂਪਾਈ ਆਉਂਦੇ, ਛੋਟੇ ਛੋਟੇ ਪੈਕਟ ਹੁੰਦੇ ਹੁੰਦੇ ਸੀਗੇ, ਇੱਕ ਇੱਕ ਰੁਪਏ ਵਾਲੀਆਂ ਜਿਹੜੀਆਂ ਆਪਾਂ ਪੁੜੀਆਂ ਲੈ ਕੇ ਉਹ ਖਾਂਦੇ ਹੁੰਦੇ ਸੀ। ਇੱਕ ਨਾ ਆਉਂਦੇ ਹੁੰਦੇ ਸੀ ਪੈਕਟ ਹੁੰਦੇ ਸੀ ਪੰਜ ਨਾ ਭੂਕਣੇ ਵਗੈਰਾ ਪਾਪੜੀ ਹੁੰਦੇ ਸੀ, ਆਪਾਂ ਉਂਗਲਾਂ ਚ ਪਾ ਕੇ ਘੁੰਮਿਆ ਉਹ ਯੈਲੋ ਕਲਰ ਦੇ ਹੁੰਦੇ ਸੀ, ਨਾਲੇ ਖਾਈ ਜਾਂਦੇ ਹੁੰਦੇ ਸੀਗੇ। ਤੇ ਉਹ ਲੋਟਰੀ ਵੀ ਪੱਟਦੇ ਹੁੰਦੇ ਸੀ, 1 ਰੁਪਏ ਦੀ ਹੁੰਦੀ ਸੀਗੀ ਵੀ 10 ਰੁਪਏ ਨਿਕਲ ਜਾਣਗੇ ਜਾਂ 20 ਨਿਕਲ ਜਾਣਗੇ, ਫਿਰ ਉਹਨੂੰ ਲੈ ਕੇ ਉੱਥੇ ਚਲੇ ਜਾਂਦੇ ਦੁਕਾਨ ਤੇ ਲੈ ਲੈਣੇ ਹੁੰਦੇ। ਗੱਟੇ ਹੁੰਦੇ ਸੀਗੇ ਹਨਾ, ਤੇ ਇੱਕ ਆਪਣੇ ਆਪਾਂ ਆਪਣੀਆਂ ਚੂਰਨ ਵਾਲੀ ਗੋਲੀਆਂ ਹੁੰਦੀਆਂ ਸੀ, ਟੋਫੀਆਂ ਮਛਲੀਆਂ ਵਾਲੀ ਹੁੰਦੀਆਂ ਸੀਗੀਆਂ ਗੱਟੀਆਂ ਮਿੱਠੀਆਂ। ਤੇ ਇੱਕ ਇਹ ਆਦਤ ਬਹੁਤ ਸੀਗੀ ਕਿ ਨਾ ਦੁਕਾਨ ਤੇ ਜਾ ਕੇ ਕਹਿਣਾ ਸਾਡੇ ਨਾਲ ਦੁਕਾਨਾਂ ਚ ਨੇ ਕਹਿਣਾ ਲਾਲੇ ਸਾਨੂੰ ਰੁੰਗਾ ਤਾਂ ਦੇ ਦੇ, ਇੰਨੇ ਪੈਸੇ ਦੇ ਆ ਜਿਸ ਤਰ੍ਹਾਂ ਹੀ ਆ ਕੁਛ ਐਕਸਟਰਾ ਵੀ ਦੇ, ਉਹਨੂੰ ਰੁੰਗਾ ਜ਼ਰੂਰ ਮੰਗਦੇ ਹੁੰਦੇ ਸੀ। ਅੱਛਾ ਅੱਛਾ, ਤੇ ਕਿਆ ਕਹਿੰਦੇ ਤੁਸੀਂ? ਸਾਡੇ ਤਾਂ 1 ਰੁਪਏ ਦੀ ਜਿਹੜੀ ਟੋਪ 10 ਟੋਫੀ ਨਹੀਂ ਆਉਂਦੀ ਸੀ, ਕਲਰਫੁੱਲ 4 ਮਿਲੇ ਕਰਦੀਆਂ ਹੁੰਦੀਆਂ ਉਹ ਉਹਨਾਂ ਟਾਈਮ 'ਚ, ਹਾਂ ਬਹੁਤ ਵਧੀਆ ਹੁੰਦੀ ਸੀ ਉਹ, ਸਭ ਤੋਂ ਜ਼ਿਆਦਾ ਖਰੀਦੇ ਕਰਦੇ ਤੇ ਹੁਣ ਨਹੀਂ ਉਹ ਮਿਲਦੀ ਹੈਗੀ। ਬਿਲਕੁਲ ਨਹੀਂ, ਕਿਤੇ ਕਿਤੇ ਜੇ ਮਿਲ ਸਕਦੀ ਤਾਂ ਹੋਊਗੀ ਪਰ ਨਹੀਂ। ਇੱਕ ਬਿੱਗੀ ਬਿੱਲੀ ਬਹੁਤ ਚੱਲੀ ਤੀ, ਉਹਦੇ ਵਿੱਚ ਜਿਵੇਂ ਰਿੰਗ ਮਿਲਦੀ ਸੀ ਜਾਂ ਕੋਈ ਵੀ ਖਲੋਣਾ ਨਿਕਲੇ ਕਰਦਾ ਤਾਂ ਉਹ ਹੁੰਦੀ 1 ਰੁਪਏ ਦੀ ਸੀ ਉਹ ਵੀ, ਮਤਲਬ ਬਹੁਤ ਵਧੀਆ ਚੀਜ਼ਾਂ ਦੀ ਸਾਰੀਆਂ। ਇੱਕ ਚੁਲਬੁਲੇ ਦਿਲ ਹੁੰਦੇ ਤੇ ਖੱਟੇ ਖੱਟੇ ਜਿਹੇ ਬੜੇ ਸਵਾਦ ਹੁੰਦੇ ਸੀ ਉਹ। ਹਾਂ, ਜਿੱਦਾਂ ਉਹਨਾਂ ਨੇ ਕਿਹਾ ਨਾ ਰੁੰਗਾ ਮਿਲਦਾ ਨਾ, ਮੈਂ ਅੱਜ ਵੀ ਜਦ ਵੀ ਡੈਡੀ ਨਾਲ ਦੁਕਾਨ ਤੇ ਜਾਂਦੀ ਹਾਂ, ਇੱਕ ਪੁਰਾਣੀ ਦੁਕਾਨ ਆ ਸਾਡੇ ਪਿੰਡ ਚ, ਮੈਂ ਉਹਨਾਂ ਅੰਕਲ ਨੂੰ ਕਹਿੰਦਾ, ਮੈਂ ਕਿਹਾ ਅੰਕਲ ਮੇਰਾ ਰੁੰਗਾ ਤਾਂ ਦੇ ਦੋ, ਮੈਨੂੰ ਦਿੱਤਾ ਹੀ ਨਹੀਂ ਸੀ। ਅੱਛਾ, ਅੱਜ ਵੀ ਉਹ ਵਾਲੀ ਆਦਤ ਪਾ ਕੇ ਹੀ ਰੱਖੀ? ਹਾਂਜੀ ਹਾਂਜੀ। ਉਹ ਅੰਕਲ ਨੇ ਕਹਿਣਾ ਹੁਣ ਤਾਂ ਤੂੰ ਵੱਡੀ ਹੋ ਗਈ, ਤੂੰ ਕਾਹਤੋਂ ਲੈਣਾ ਰੁੰਗਾ? ਮੈਂ ਕਿਹਾ ਨਹੀਂ, ਮੈਂ ਤਾਂ ਲੈਣਾ, ਹੁਣ ਮੈਂ ਵੱਡਾ ਰੁੰਗਾ ਲਊਂਗੀ, ਮੈਂ ਜ਼ਰੂਰ ਉਹ ਤੋਂ ਜਾਂ ਤਾਂ ਲੇਜ ਲੈ ਕੇ ਆਉਣੀ ਜਾਂ ਕਰੀ ਜਾਂ ਕੁਰਕਰੇ, ਉਹਨਾਂ ਨੇ ਜ਼ਰੂਰ ਦੇਣੇ ਆ ਮੈਨੂੰ। ਦੁਕਾਨ ਚ ਜਾ ਕੇ ਸਾਰੇ ਡੱਬੇ ਖਿਲਾ ਦਿੰਦੇ, ਮਤਲਬ ਕਿ ਮੈਂ ਤਾਂ ਜਿਆਦਾ ਖੱਟਾ ਕਟੋਰੀ ਖਾਧੀ ਆ, ਖੱਟਾ ਖੱਟਾ ਹੋ ਗਿਆ, ਚੂਰਨ ਦੇ ਪਾਈਪ ਹੁੰਦੇ ਸੀਗੇ, ਛੋਟੀ ਮੋਟੀ ਚੀਜ਼ਾਂ ਖਾਧੀਆਂ ਨੇ, ਪੈਸੇ ਥੋੜੇ ਦਿੰਦੇ ਹੁੰਦੇ ਸੀ ਘਰ। ਹਾਂ ਸਹੀ ਗੱਲ ਆ, 10 ਰੁਪਏ ਦੇਣੇ ਵੀ ਆਪਾਂ ਘਰੋਂ ਹੀ ਗਿਣ ਕੇ ਲੈਣਾ ਵੀ ਮੈਂ 1 ਰੁਪਏ ਦੀ ਆਹ ਲਿਆਉਂਗੀ, 1 ਰੁਪਏ ਦੀ ਆਹ ਲਿਆਉਂਗੀ, ਹਨਾ ਸਾਰਾ ਕੁਛ ਆਪਾਂ ਨੂੰ ਆਉਂਦਾ ਸੀ, ਮੈਂ ਕੋ 10 ਰੁਪਏ ਤੇ ਮੈਂ ਆਹ ਸਾਰੇ ਚੀਜ਼ਾਂ ਲੈ ਕੇ ਇਹਦੇ ਵਿੱਚ ਚੀਜ਼ ਲੈ ਕੇ ਘੱਟ ਪੈਸਿਆਂ ਚ ਜ਼ਿਆਦਾ ਚੀਜ਼ ਪੈਸੇ ਤੇ ਜ਼ਿਆਦਾ ਸਮਾਨ ਲੈ ਕੇ ਜਿਹੜਾ ਸਵਾਦ ਦੇਖਣਾ ਬਸ। ਹਾਂ, ਤੇ ਤੁਸੀਂ? ਤੇ ਮੈਨੂੰ 5 ਰੁਪਏ ਮਿਲਦੇ ਸੀ, ਮੈਂ ਕ੍ਰੈਸ ਲੈਂਦਾ ਸੀ, ਉਹਦੇ ਵਿੱਚ ਖਲੋਣੇ ਨਿਕਲਦੇ ਸੀ ਨਾ ਤਾਂ ਕਰਕੇ ਆਪਣਾ ਸਵਾਲ ਕੀ, ਪੜ੍ਹਨ ਤੋਂ ਵੀ ਬਹੁਤ ਟਲਦੇ ਹੁੰਦੇ ਸੀਗੇ ਆਪਾਂ, ਪੜ੍ਹਨ ਤੋਂ ਵੀ ਟਲਦੇ ਸੀਗੇ, ਕੰਮ ਕਰਨ ਤੋਂ ਵੀ ਟਲਦੇ ਹੁੰਦੇ? ਪਹਿਲਾਂ ਤਾਂ ਆਪਾਂ ਪੜ੍ਹਨ ਤੋਂ ਹੀ ਚੱਲਦੇ ਹਾਂ, ਪੜ੍ਹਨ ਤੋਂ ਤਾਂ ਮੈਨੂੰ ਪਤਾ, ਮੈਂ ਵੀ ਬਹੁਤ ਜਿਹੜੇ ਆ ਬਹਾਨੇ ਲਾਏ ਆ, ਸਕੂਲ ਦੇ ਵਿੱਚ ਵੀ ਲਾਏ ਆ ਤੇ ਘਰੇ ਮੰਮੀ ਨੂੰ ਵੀ ਲਾਏ ਆ। ਤੇ ਤੁਹਾਡੇ ਤੋਂ ਸ਼ੁਰੂ ਕਰਦੇ ਆਪਾਂ। ਪੜ੍ਹਨ ਦਾ ਹੁਣ ਹੁਣ ਵੀ ਯਾਦ ਹੈ, ਘਰੇ ਬੈਠੇ ਹੁੰਦੇ ਮੰਮਾ ਉਹਨਾਂ ਨਾਲ ਗੱਲ ਕਰਦੇ ਹੁੰਦੇ ਆ ਕਿ 5th ਤੱਕ ਮੈਂ ਪੂਰੀ ਪੜ੍ਹਾਈ ਨਹੀਂ ਕੀਤੀ ਹੈਗੀ, ਜਿਹੜੇ ਕਾਪੀਆਂ ਵੀ ਹੁੰਦੀਆਂ ਸੀਗੀਆਂ, ਮੈਂ 1st-2nd ਤੱਕ ਮੰਮਾ ਦਾ ਹੱਥ ਫੜਾਉਣਾ ਫਿਰ ਕੰਮ ਕਰਾਉਂਦਾ ਹੁੰਦਾ ਸੀ, ਹੱਥ ਫੜ ਕੇ ਕੰਮ ਕਰੋ ਤਾਂ ਕਰੂੰਗਾ, ਨਹੀਂ ਮੈਂ ਪੜ੍ਹਨਾ ਨੀਗਾ। ਠੀਕ ਹੈ, ਨਹੀਂ ਕੋਈ ਬਹਾਨੇ ਨੀ ਲਾਉਂਦੇ ਹੁੰਦੇ ਸੀਗੇ? ਮੈਂ ਬਹਾਨੇ ਤਾਂ ਚੱਲਦੇ ਹੁੰਦੇ ਸੀ ਬਹੁਤ ਜ਼ਿਆਦਾ, ਪੜ੍ਹਨੇ ਬਹਾਨਾ ਕੋਈ? ਹਾਂਜੀ,
छोटे पापा ने वैन चलाउण जाना, मैं पापा नूं फड़ लैणा ना, गर्दन फड़ लैणी, मैं नहीं स्कूल जाना, रोण लग जाना, वैन कढ देणी, मैं स्कूल नहीं जाना। ਤੇ ਉਸ ਤੋਂ ਬਾਅਦ ਵੀ ਕਈ ਵਾਰ ਨਾ ਥੋੜੇ ਵੱਡੇ ਹੋ ਕੇ ਕਹਿਣਾ ਮੇਰਾ ਢਿੱਡ ਦੁਖਦਾ, ਹਾਂ ਢਿੱਡ ਦੁਖਦਾ, ਮੈਂ ਨਹੀਂ ਜਾਣਾ। ਕਿਸੇ ਨੇ ਉਹ ਨਹੀਂ ਕੀਤਾ ਵੀ ਕਹਿੰਦੇ ਹੁੰਦੇ ਸੀ ਪਿਆਜ ਰੱਖ ਲਓ ਵੀ ਹਨਾ ਸਵੇਰ ਤੱਕ ਬੁਖਾਰ ਚੜ ਜਾਊਗਾ ਜਾਂ ਐਵੇਂ ਦਾ ਕੁਝ। ਇਹ ਵੀ ਬਹੁਤ ਕੀਤੇ ਆ ਹੈ, ਕਿਵੇਂ ਸਾਬਣ ਘੋਲ ਕੇ ਨਾ ਹੀ ਉਹ ਚੀਜ਼ ਕਰਦੇ ਸਵੇਰ ਤੱਕ, ਮਤਲਬ ਅੱਛਾ ਨਹੀਂ ਨਹੀਂ ਮੈਂ ਇਹੋ ਜਿਹਾ ਕੁਛ ਨਹੀਂ ਕੀਤਾ ਹੈਗਾ, ਛੋਟੇ ਮੋਟੇ ਬਹਾਨੇ ਜ਼ਰੂਰ ਲਗਾਏ ਆ। ਤੇ ਹੋਰ ਤੁਸੀਂ ਸਕੂਲ ਨਾਲ ਤਾਂ ਮੇਰੀ ਇੱਕ ਯਾਦ ਬਹੁਤ ਜ਼ਿਆਦਾ ਕਹਿ ਲਓ ਗੂੜੀ ਜੁੜੀ ਵੀ ਆ। ਜਿਵੇਂ ਸਕੂਲ ਤਿਆਰ ਹੋ ਕੇ ਪਹਿਲਾਂ ਦੋਏ ਬੈਗ ਨੀ ਆਉਂਦੇ ਸੀ ਚਟਿੱਕ ਜਿਹੇ ਵਾਲੇ, ਦੋ ਸਾਈਡ ਲੱਗੇ ਕਰਦੇ, ਹੁਣ ਤਾਂ ਜਿੱਪਾਂ ਵਾਲੇ ਚੱਲ ਗਏ, ਉਹ ਨੀ ਰਹੇ ਬੈਗ। ਉਹ ਜਿਵੇਂ ਬੈਗ ਪਾ ਕੇ ਕੋਠੇ ਤੋਂ ਉਤਰਦੀ ਆ, ਉਹ ਜਿਹੜੀ ਤਣੀ ਹੁੰਦੀ ਸੀ ਨੀਚੇ ਹਨਾ ਲੰਬੀ ਹੁੰਦੀ ਸੀ, ਉਹ ਮੈਂ ਪੈਰ ਮੈਂ ਫਸ ਫਸ ਜਾਂਦੀ ਸੀ, ਤਾਂ ਮੈਂ ਗਿਰਦੀ ਬਹੁਤ ਸੀ, ਮਤਲਬ ਬਹੁਤ ਵਾਰ ਗਿਰੀ ਆ ਮੈਂ। ਹਰ ਇੱਕ ਵਾਰ ਮੈਨੂੰ ਯਾਦ ਆ ਮੈਂ ਜਦ ਗਿਰੀ ਸੀ ਨਾ ਅੱਗੇ ਟੱਪਾ ਪਿਆ, ਤਾਂ ਮੈਂ ਟੱਪ ਦੇ ਵਿੱਚ ਜਾ ਕੇ ਬੱਚੀ ਸੀ। ਹਾਂ ਇਹ ਬਹੁਤ ਭੈੜੀ, ਮਤਲਬ ਮੈਨੂੰ ਯਾਦ, ਮਤਲਬ ਮਜ਼ਾ ਆਉਂਦਾ ਹੈ ਨਾ ਵੀ ਐਵੇਂ ਦੀ ਗੱਲਾਂ ਯਾਦ ਕਰਕੇ ਹਨਾ। ਤੇ ਫਿਰ ਜਦੋਂ ਸਕੂਲ ਪਹੁੰਚੇ ਕਰਦੇ ਤੇ ਜਾ ਕੇ ਜੇ ਟੀਚਰ ਟੂਚਰਾਂ ਤੋਂ ਵੀ ਲੋਟ ਨਹੀਂ ਹੁੰਦਾ ਤਾਂ ਪ੍ਰਿੰਸੀਪਲ ਆਪ ਆਏ ਕਰਦਾ ਤਾ ਵੀ ਇਹਨਾਂ ਨੂੰ ਲੈ ਕੇ ਜਾਵਾਂ ਬੱਚਿਆਂ ਨੂੰ, ਕਿਉਂਕਿ ਬੱਚਿਆਂ ਨੂੰ ਐਂ ਹੁੰਦਾ ਨਾ ਥੋੜ੍ਹਾ ਵੀ ਜੇ ਪ੍ਰਿੰਸੀਪਲ ਵਗੈਰਾ ਆ ਗਏ ਤਾਂ ਥੋੜ੍ਹੀ ਸ਼ਾਂਤ ਜਿਹੇ ਹੋ ਜਾਂਦੇ ਆ, ਤੇ ਉਹਦੀ ਗੱਲ ਮੰਨ ਕੇ ਲੰਘ ਜਾਂਦੇ ਤੇ ਫਿਰ ਮਤਲਬ ਉਹਦੇ ਕਹਿਣ ਤੋਂ ਤਾਂ ਬਹਿ ਜੇ ਕਰਦੇ ਤੇ ਆਰਾਮ ਨਾਲ, ਨਹੀਂ ਸਾਰਾ ਦਿਨ ਫਿਰ ਰੋਈ ਰੋਈ ਜਾਓ। ਅੱਛਾ ਜੇ ਘਰ 'ਚ ਕੋਈ ਕੰਮ ਕਹਿੰਦਾ ਹੁੰਦਾ ਸੀਗਾ ਵੀ ਮੰਮੀ ਨੇ ਕਹਿਣਾ ਵੀ ਜਾ ਮੈਨੂੰ ਆਹ ਲਿਆ ਦੇ ਜਾਂ ਪਾਣੀ ਲਿਆ ਦੇ, ਤਾਂ ਉਹਦੇ ਤੋਂ ਵੀ ਬਹੁਤ ਜਿਹੜਾ ਆਪਾਂ ਕਤਰਾਉਂਦੇ ਹੁੰਦੇ ਸੀ। ਹਾਂਜੀ ਰਿਸ਼ਵਤ, ਰਿਸ਼ਵਤ ਮੰਗਦੇ ਸੀ ਵੀ ਪਹਿਲਾਂ ਪੈਸੇ ਦਿਓ ਜਾਂ ਇਹ ਚੀਜ਼ ਦਿਓ ਜਾਂ ਸਾਡਾ ਇਹ ਕੰਮ ਕਰੋ ਤਾਂ ਅਸੀਂ ਇਹ ਕੰਮ ਕਰੋ ਜਾਂ 10 ਰੁਪਏ ਦਿਓ ਮੇਰਾ ਕੰਮ ਕਰਿਓ ਤਾਂ ਤੁਹਾਡਾ ਕੰਮ ਕਰੂੰਗਾ। ਜੇ ਹਾਂ ਤੁਸੀਂ ਹੁਣ ਇੱਕ 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 ਬੱਚੇ ਨੂੰ ਹੀ ਕਹੀ ਜਾਂਦੇ ਹੋ ਸਾਰਾ ਕੰਮ ਮੈਂ ਨਹੀਂ ਕਰਨਾ, ਹੁਣ ਉਹਨੂੰ ਕਹੋ ਆਪਣਾ, ਮੈਨੂੰ ਹੀ ਸਤਾਈ ਜਾਂਦੇ ਹੋ ਸਾਰਾ ਦਿਨ। ਤੇ ਅੱਛਾ ਤੇ ਲਾਡਲਾ ਕੌਣ ਕੌਣ ਹੁੰਦਾ ਸੀਗਾ, ਕਿਹਦਾ ਕਿਹਦਾ ਹੁੰਦਾ ਸੀ ਨਾਲੇ ਘਰ ਚ ਵੀ, ਮੰਮੀ ਨੂੰ ਜ਼ਿਆਦਾ ਪ੍ਰੈਫਰ ਕੌਣ ਕਰਦਾ ਹੁੰਦਾ ਸੀਗਾ ਜਾਂ ਡੈਡੀ ਨੂੰ ਕੌਣ? ਲਾਡਲੇ ਤਾਂ ਦੋਨੋਂ ਹੀ ਆ, ਯਾਨੀ ਕਿ ਕਹਿ ਲਓ ਪਾਪਾ ਦਾ ਕੁਛ ਖਾਸ ਕਰਕੇ, ਕਿਉਂਕਿ ਤੁਸੀਂ ਲਾਡਲੇ ਪਾਪਾ ਦੇ ਹਾਂ, ਕਿਉਂ ਪਾਪਾ ਨੇ ਕੁਛ ਨਹੀਂ ਕਹਿਣਾ ਨਾ ਵੀਰੇ ਨੂੰ ਕਹਿਣਾ ਨਾ ਮੈਨੂੰ ਕਹਿਣਾ, ਬਚਪਨ ਦਾ ਜਿਹੜਾ ਮਿੱਤਰ ਹੁੰਦਾ ਜਿਹੜਾ ਸਾਡਾ ਸਾਥੀ ਹੁੰਦਾ ਆ ਉਹ ਅੱਜ ਤੱਕ ਵੀ ਕਈਆਂ ਦੇ ਨਾਲ ਹੁੰਦੇ ਆ, ਤੇ ਤੁਹਾਡੇ ਨਾਲ ਕੋਈ ਹੈ ਜਿਹੜਾ ਸਾਡਾ ਜਿਹੜਾ ਮਿੱਤਰ ਹੋਵੇ ਆੜੀ ਜਿਹੜਾ ਤੁਸੀਂ ਕਹਿ ਦਿੰਦੇ ਆ ਵੀ ਹਾਂ ਮੇਰਾ ਬਚਪਨ ਦਾ ਆੜੀ ਆ, ਹੈਗਾ ਕੋਈ? ਅੱਛਾ ਤੇ ਕਿਵੇਂ ਬਣੇ ਸੀਗੇ ਬਚਪਨ ਦੇ ਆੜੀ ਤੇ? ਮਤਲਬ ਕਿ ਛੋਟੇ ਉਹ ਨਵੇਂ ਰਹਿਣ ਆਏ ਸੀਗੇ ਸਾਹਮਣੇ, ਘਰ ਦੇ ਸਾਹਮਣੇ ਸੀ, ਨਵੇਂ ਨਵੇਂ ਆਏ ਸੀਗੇ, ਪਹਿਲਾਂ ਤਾਂ ਅਸੀਂ ਬਹੁਤ ਲੜਦੇ ਹੁੰਦੇ ਸੀਗੇ, ਸੋਟੀ ਚੱਕ ਲੈਣੀ ਮਾਰਨੀ ਇੱਕ ਦੂਜੇ ਤੇ ਬਹੁਤ ਜ਼ਿਆਦਾ, ਫਿਰ ਮਹੀਨਾ ਮਹੀਨਾ ਬੁਲਾ ਲੈਣਾ। ਅੱਛਾ ਤੇ ਜਿਉਂ ਜਿਉਂ ਵੱਡੇ ਹੋਏ ਫਿਰ ਭੈਣ ਪੂਰਾ ਪਿਆਰ ਸੀਗਾ, ਜਿਹੜੀ ਉਹ ਗੱਲ ਉਹਨੇ ਕਹਿਤੀ ਉਹ ਮੈਂ ਪੂਰੀ ਕਰਨੀ, ਜਿਹੜੀ ਉਹਨੇ ਕਹਿਤੀ ਮੈਂ, ਹਾਂ ਵੀ ਤੂੰ ਮੇਰੇ ਮਗਰ ਲੱਗ ਗਿਆ ਤਾਂ ਮੈਂ ਤੇਰੇ ਮਗਰ, ਠੀਕ ਆ ਸਹੀ ਆ। ਤੇ ਤੁਹਾਡੀ ਕੋਈ ਅਜਿਹੀ ਸਹੇਲੀ ਹੁੰਦੀ ਹੋਵੇ ਜਿਹੜੀ ਅੱਜ ਵੀ ਨਾਲ? ਸਹੇਲੀ ਵੀ ਹੈਗੇ ਆ, ਵੀਰੇ ਵੀ ਹੈਗੇ ਆ ਗਲੀ ਚ, ਉਹਨਾਂ ਨਾਲ ਖੇਡੀ ਜਾਣਾ ਸਾਰਾ ਦਿਨ, ਮੰਮੀ ਨੇ ਕਹਿਣਾ ਤੂੰ ਮੁੰਡਿਆਂ ਚ ਖੇਡੀ ਜਾਂਦੀ ਆ ਇਕੱਲੀ ਹੋਈ, ਐਵੇਂ ਕਹਿ ਦਿੰਦੇ ਆ। ਕੋਈ ਕੁੜੀ ਹੁੰਦੀ ਨਹੀਂ ਸੀ ਮਹੱਲੇ ਚ ਇੰਨੀ, ਕੋਈ ਹੈ ਨਹੀਂ ਸੀ, ਵੱਡੀਆਂ ਸੀਗੀਆਂ ਸਾਰੀਆਂ ਪੜ੍ਹਦੀਆਂ ਸੀਗੀਆਂ, ਫਿਰ ਮੈਂ ਵੀਰੇ ਉਹਨਾਂ ਨਾਲ ਖੇਡੀ ਜਾਣਾ, ਉਹਨਾਂ ਨਾਲ ਗੁੱਲੀ ਡੰਡਾ ਖੇਡੀ ਜਾਣਾ। ਸ਼ੌਂਕ ਸੀਗਾ, ਤੁਸੀਂ ਆਪਣਾ ਸ਼ੌਂਕ ਪੂਰਾ ਕੀਤਾ? ਹਾਂਜੀ ਹਾਂ, ਕਈ ਵਾਰ ਤਾਂ ਗਾਲਾਂ ਵੀ ਪੈ ਜਾਂਦੀਆਂ ਸੀ, ਚੱਲ ਹੁਣ ਹਨੇਰਾ ਹੋ ਗਿਆ ਆ ਜਾ ਘਰੇ, ਨਹੀਂ ਤਾਂ ਲੱਤਾਂ ਵੱਢੂ ਦੇਣੀਆਂ, ਮੰਮੀ ਦੇ ਡਾਇਲੋਗ ਲੱਤਾਂ ਵੱਢੂ ਨਹੀਂ ਤੇ ਡਾਇਲੋਗਸ। ਤੋਂ ਯਾਦ ਆਇਆ ਮੈਨੂੰ ਵੀ ਕਹਿੰਦੇ ਹੁੰਦੇ ਸੀਗੇ ਮੰਮੀਆਂ ਦੇ ਸਪੈਸ਼ਲ ਡਾਇਲੋਗਸ ਹੁੰਦੇ ਸੀਗੇ, ਕਈ ਪ੍ਰਕਾਰ ਦੇ ਹੁੰਦੇ ਸੀਗੇ, ਤੇ ਮੈਂ ਜਾਣਨਾ ਚਾਹੁੰਦੀ ਹਾਂ ਤੁਹਾਡੇ ਤੋਂ ਹੀ ਜਾਣਨਾ ਚਾਹੁੰਦੀ ਹਾਂ, ਤੇ ਦਰਸ਼ਕਾਂ ਨੂੰ ਵੀ ਜਿਹੜਾ ਆ ਉਹ ਸੁਣਨ 'ਚ ਚੰਗਾ ਲੱਗੂਗਾ ਤੇ ਉਹਨਾਂ ਨੂੰ ਵੀ ਯਾਦ ਆਊਗੇ ਵੀ ਸਾਨੂੰ ਵੀ ਜਿਹੜੇ ਆ ਤਾਨੇ ਸੁਣਨ ਨੂੰ ਮਿਲਦੇ ਹੁੰਦੇ ਸੀਗੇ ਕਦੇ ਕਦੇ, ਤੇ ਅੱਜ ਵੀ ਮੈਨੂੰ ਲੱਗਦਾ ਉਹਨਾਂ ਨੂੰ ਵੀ ਸੁਣਨ ਨੂੰ ਮਿਲਦੇ ਹੀ ਆ। ਤੇ ਕੌਣ ਦੱਸਣਾ ਚਾਹੂਗਾ ਪਹਿਲਾਂ? ਪਹਿਲਾਂ ਮੈਂ। ਕੋਈ ਨਾ ਕੋਈ ਨਾ, ਆਪਾਂ ਇੱਧਰ ਸ਼ੁਰੂ ਕਰ ਲੈਂਦੇ। ਪਹਿਲਾਂ ਮੇਰਾ ਉਹਨਾਂ ਨੇ ਲੱਤ ਲਾ ਕੇ ਬਿਠਾ ਦੇਣਾ ਵੀ ਹਾਂ ਥੋੜਾ ਚਿਰ ਵੀ ਸਾਫ ਸੁਥਰੇ ਰਹਿਣਗੇ, ਜੇ ਉਹਨਾਂ ਨੂੰ ਕਹਿਣਾ ਵੀ ਹਾਂ ਅਸੀਂ ਖੇਡਣ ਜਾ ਤੂੰ ਜਾ ਕੇ ਦਿਖਾ ਤੇਰੀਆਂ ਲੱਤਾਂ ਵੱਢੂ ਮੈਂ, ਉਹਨਾਂ ਨੇ ਇਹ ਡਾਇਲੋਗ ਜ਼ਰੂਰ ਬੋਲਣ, ਤੇਰੀਆਂ ਲੱਤਾਂ ਵੱਢੂ ਮੈਂ, ਨਹੀਂ ਤਾਂ ਤੇਰੇ ਪਾਪਾ ਨੂੰ ਦੱਸੂ ਵੀ ਹਾਂ ਮੀਨਲ ਆਏ ਸੀਗੇ ਹੁਣ ਲਿਬੜਨ ਫੇਰ ਚਲੇ ਗਏ। ਅੱਛਾ ਤੇ ਕਦੇ ਲੱਤਾਂ ਵੱਢ ਤਾਂ ਨਹੀਂ ਹੋਈਆਂ ਮੁੜ ਕੇ? ਨਹੀਂ ਨਹੀਂ ਹਾਲ ਤਾਂ ਹੋਏ ਕਹਿ ਚੋ ਡਰ ਪੈਦਾ ਕਰ ਦਿੰਦੇ ਸੀਗੇ ਵੀ ਤੁਸੀਂ ਜਾ ਕੇ ਦਿਖਾਓ ਵੀ ਲੱਤਾਂ ਵੱਢ ਦੇਣੀਆਂ ਤੁਹਾਡੀਆਂ ਹਨਾ।
मेनूं लगदा बहुत घट बच्चे जिहड़े आ ओह जिहड़ियां आपणियां पुराणियां खेडां हुंदियां सीगियां ओह खेलदे आ हना ते आपां इधरों शुरू करदे आ हुण लुकण मिची या पकड़म पकड़ाई अच्छा लुकण मिची दो दो करके दस्सो सारे ठीक है लुकण मिची ते पकड़म पकड़ाई ते होर गैलरी ते डब्बा अच्छा गैलरी ते डब्बा किन्ना खेले ਵਾਧੂ ਖੇਲੇ ਸੀ ਰਾਤ ਨੂੰ ਜਦੋਂ ਗਰਮੀਆਂ ਹੁੰਦੀਆਂ ਸੀ ਜਦੋਂ ਲਾਈਟ ਭੱਜ ਜਾਂਦੀ ਹੁੰਦੀ ਸੀ ਫਿਰ ਤਾਂ ਸਾਰੇ ਇਕੱਠੇ ਹੋ ਜਾਂਦੇ ਹੁੰਦੇ ਸੀਗੇ ਫਿਰ ਖੇਡਦੇ ਹੁੰਦੇ ਸੀ ਗਲੀ 'ਚ ਹਨੇਰੇ 'ਚ ਫਿਰ ਲੁਕਣ ਮਿੱਚੀ ਖੇਡਣ 'ਚ ਤਾਂ ਜ਼ਿਆਦਾ ਹੀ ਮਜ਼ਾ ਆਉਂਦਾ ਹੁੰਦਾ ਸੀ ਹਨੇਰਾ ਹੋ ਜਾਣਾ ਵੀ ਅਸੀਂ ਵੀ ਖੇਡਦੇ ਹਾਂ ਗੁੱਲੀ ਡੰਡਾ ਖੇਡਣਾ ਮੈਂ ਤਾਂ ਹੀ ਜਾਂ ਬੰਟੇ ਹਾਂ ਬੰਟੇ ਬੰਟੇ ਹੈ ਨਾ ਨਹੀਂ ਤਾਂ ਕਹਿੰਦੇ ਹੁੰਦੇ ਸੀ ਵੀ ਚੱਲੇ ਮੁੰਡੇ ਖੇਡਦੇ ਆ ਪਰ ਨਹੀਂ ਇਹ ਮੈਂ ਵੀ ਆਪਣੇ ਟਾਈਮ 'ਚ ਖੇਲੇ ਹੋਏ ਆ ਉਦੋਂ ਕੁਛ ਨਹੀਂ ਸੀ ਕਹਿੰਦੇ ਵੀ ਹਾਂ ਚੱਲ ਇਕੱਲੀ ਕੁੜੀ ਆ ਖੇਡੀ ਜਾਊਗੀ ਵੀਰੇ ਹੀ ਨੇ ਗਲੀ ਦੇ ਕੋਈ ਹਾਂ ਹਾਂਜੀ ਤੇ ਹਾਂਜੀ ਮੈਨਾਂ ਨੇ ਗੈਲਰੀ ਗੇਮ ਦੱਸੀ ਆ ਸਾਡੇ ਖੇਤੀਬਾੜੀ ਕਹਿੰਦੇ ਹੁੰਦੇ ਉਹਨੂੰ ਮਤਲਬ ਸਾਡੇ ਗਲੀ 'ਚ ਐਨ ਲੰਬੀ ਗਲੀ ਆ ਚੌੜੀ ਐਨ ਉਹ 'ਚ ਜਦੋਂ ਅਸੀਂ ਖੇਡੇ ਕਰਦੇ ਤੇ ਨਾ ਮਤਲਬ ਇੱਕ ਵਾਰ ਤਾਂ ਨਾ ਅਸੀਂ ਜਿਹੜੇ ਮਤਲਬ ਜ਼ਿਆਦਾ ਉਮਰ ਦੇ ਲੋਕ ਤੇ ਨਾ ਉਹਨਾਂ ਨੂੰ ਵੀ ਆਪਣੇ ਨਾਲ ਖੜਾਇਆ ਤਾ ਮਤਲਬ ਉਹ ਇੰਸੀਡੈਂਟ ਸਭ ਤੋਂ ਵਧੀਆ ਹੁੰਦਾ ਹੈ ਜਦੋਂ ਵੀ ਬੱਚਿਆਂ ਦੇ ਨਾਲ ਵੀ ਵੱਡੇ ਰਲ ਕੇ ਖੇਡਦੇ ਆ ਮਤਲਬ ਇੱਕ ਇਹ ਗੇਮ ਇੱਕ ਲੁਕਣ ਮਿੱਚੀ ਤਾਂ ਮਤਲਬ ਪੂਰੇ ਪਿੰਡ 'ਚ ਰੱਖ ਲੈਂਦੇ ਤੇ ਪੂਰੇ ਪਿੰਡ ਦਾ ਜਵਾਕ ਇਕੱਠੇ ਹੋ ਜਾਂਦੇ ਤੇ ਇੱਕ ਦੀ ਵਾਰੀ ਕਈ ਕਈ ਦਿਨ ਉਹ ਹੁੰਦੀ ਰਹਿੰਦੀ ਤੀ ਬਸ ਫਿਰ ਹੋਰ ਵਿਚਾਰਾ ਹੱਥ ਹੱਕ ਹਾਰ ਕੇ ਗੇਮ ਛੱਡ ਜਾ ਕਰਦਾ ਤਾ ਨਹੀਂ ਇਹ ਚੀਜ਼ ਹੁਣ ਜ਼ਿਆਦਾ ਕੋਵਿਡ ਦੇ ਟਾਈਮ ਵਿੱਚ ਹੋਈ ਹੈ ਸ਼ੁਰੂ ਹਨਾ ਕਿਉਂਕਿ ਸਾਡੇ ਅਸੀਂ ਵਿਹਲੇ ਸੀਗੇ ਬਿਲਕੁਲ ਹਨਾ ਤੇ ਵਿਹਲੇ ਨਹੀਂ ਸਾਨੂੰ ਬੰਦ ਕਰ ਦਿੱਤਾ ਗਿਆ ਸੀਗਾ ਇੱਕ ਵੀ ਤੁਸੀਂ ਪੜ੍ਹਨ ਨਹੀਂ ਜਾਣਾ ਜਾਂ ਜੋ ਵੀ ਤਾਂ ਅਸੀਂ ਸਾਰੇ ਬਾਹਰ ਖੇਲਣ ਲੱਗ ਜਾਂਦੇ ਸੀਗੇ ਜਾਂ ਘਰੇ ਵੀ ਖੇਲ ਲੈਂਦੇ ਸੀਗੇ ਹਨਾ ਨਹੀਂ ਪਰ ਉਹ ਗੇਮ ਆਪਾਂ ਉਹ ਖੇਲ ਗਏ ਬੱਚੇ ਜਿਹੜੇ ਅੱਜ ਦੀ ਜਨਰੇਸ਼ਨ ਦੇ ਛੋਟੇ ਮਤਲਬ ਉਮਰ ਦੇ ਉਹ ਨਹੀਂ ਅੱਜ ਕੱਲ੍ਹ ਇੰਨਾ ਪ੍ਰੀਫਰੈਂਸ ਦਿੰਦੇ ਉਹ ਕੋਈ ਹੋਰ ਜਿਵੇਂ ਮੋਬਾਈਲ ਫੋਨਸ ਜਾਂ ਬੇਕਾਰ ਕੋਈ ਹੋਰ ਗੇਮਸ ਖੇਡੀ ਜਾਣਗੀਆਂ ਪਰ ਇਹੋ ਜਿਹੀਆਂ ਗੇਮਾਂ ਜਿਹੜੀਆਂ ਆਪਾਂ ਖੇਲ ਗਏ ਆਪਣੇ ਬਚਪਨ 'ਚ ਉਹ ਨਹੀਂ ਖੇਲਦੇ ਹੈਗੇ ਤੇ ਤੁਸੀਂ ਦਰਸ਼ਕਾਂ ਨੂੰ ਜਿਹੜਾ ਦਰਸ਼ਕਾਂ ਨੂੰ ਆ ਜਿਹੜਾ ਕੀ ਸੰਦੇਸ਼ ਦੇਣਾ ਚਾਹੋਗੇ ਕਿ ਗੇਮਸ ਜਿਹੜੀਆਂ ਜਿਹੜੀਆਂ ਉਹ ਗੇਮਸ ਸੀਗੀਆਂ ਉਹ ਕਿੰਨੀਆਂ ਇੰਪੋਰਟੈਂਟ ਸੀਗੀਆਂ ਆਊਟਡੋਰ ਗੇਮਸ ਜਿਹੜੀਆਂ ਜ਼ਿਆਦਾ ਇੰਪੋਰਟੈਂਟ ਸੀਗੀਆਂ ਇਨਡੋਰ ਨਾਲੋਂ ਨਹੀਂ ਸਹੀ ਜਿਹੜੀ ਆਊਟਡੋਰ ਗੇਮਸ ਆ ਬੇਸ਼ੱਕ ਉਹਦੇ ਨਾਲ ਆਪਣੀ ਸੱਟਾਂ ਵੀ ਬਹੁਤ ਵੱਜੀਆਂ ਪਰ ਉਹ ਯਾਦਗਾਰ ਵੀ ਆ ਆਪਣੇ ਲਈ ਫਾਇਦੇਮੰਦ ਵੀ ਆ ਕਿਉਂਕਿ ਆਪਾਂ ਬਾਹਰ ਜਾ ਕੇ ਖੇਡੇ ਕਰਦੇ ਤੇ ਆਪਣੀ ਹੈਲਥ ਲਈ ਵੀ ਚੰਗਾ ਹੁੰਦਾ ਆਪਾਂ ਮਤਲਬ ਬੱਚਿਆਂ ਨਾਲ ਵਿਚਰਦੇ ਤੇ ਆਪਾਂ ਨੂੰ ਕੁਛ ਨਾ ਕੁਛ ਸਿੱਖਣ ਨੂੰ ਵੀ ਮਿਲਦਾ ਤਾਂ ਉਹ ਵੀ ਸਿੱਖਦੇ ਤੇ ਆਪਣੇ ਤੋਂ ਹੁਣ ਕੀ ਆ ਫੋਨਾਂ 'ਚ ਲੱਗੇ ਰਹਿੰਦੇ ਆ ਫ੍ਰੀ ਫਾਇਰ ਖੇਡ ਲਈ ਪਬਜੀ ਖੇਡ ਲਈ ਜਾਂ ਕੋਈ ਹੋਰ ਗੇਮ ਖੇਡ ਲਈ ਉਹਨਾਂ ਨੂੰ ਕੁਛ ਨਹੀਂ ਸਿੱਖਣ ਨੂੰ ਮਿਲ ਰਿਹਾ ਸਗੋਂ ਉਹਦੇ ਦਿਮਾਗ ਹੋ ਰਹੇ ਉਹ ਤਰ੍ਹਾਂ ਦੇ ਬਣਦੇ ਜਾ ਰਹੇ ਆ ਆਪ ਵੀ ਹੋਰ ਤਰ੍ਹਾਂ ਦੇ ਬਣਦੇ ਜਾ ਰਹੇ ਆ ਬਿਲਕੁਲ ਬਿਲਕੁਲ ਮਤਲਬ ਉਹ ਜਿਵੇਂ ਅਸੀਂ ਹੁਣ ਤੁਸੀਂ ਕਿਹਾ ਤਾਂ ਲੋਕਡਾਊਨ ਟਾਈਮ ਵੀ ਖੇਡੇ ਕਰਦੇ ਤੇ ਤੇ ਅਸੀਂ ਮਤਲਬ ਜਿਹੜੇ ਸਾਡੀ ਜਨਰੇਸ਼ਨ ਦੇ ਮਤਲਬ ਬੱਚੇ ਤੇ ਉਹ ਅਸੀਂ ਇਕੱਠੇ ਹੋ ਕੇ ਖੇਡ ਲੈਂਦੇ ਤੇ ਪਰ ਜਿਹੜੇ ਦੂਜੇ ਬੱਚੇ ਦੇ ਛੋਟੇ ਜਿਹੜੇ ਛੋਟੇ ਤੇ ਉਹ ਨਹੀਂ ਖੇਡੇ ਕਰਦੇ ਉਹ ਆਪਣੇ ਫੋਨਾਂ 'ਚ ਉਹ ਆਪਣੇ ਫੋਨਾਂ 'ਚ ਤੇ ਉਹ ਸਾਨੂੰ ਕੀ ਕਹਦੇ ਵੀ ਕੀ ਗੇਮ ਹੈ ਇਹ ਬੇਕਾਰ ਗੇਮ ਆ ਪਰ ਜਦੋਂ ਇੱਕ ਅੱਧੀ ਵਾਰ ਜੇ ਉਹ ਆਪ ਆ ਕੇ ਖੇਡੇ ਆ ਸਾਡੇ ਨਾਲ ਫਿਰ ਉਹਨਾਂ ਨੂੰ ਸਵਾਦ ਆਇਆ ਵੀ ਹਾਂ ਇਹ ਗੇਮਾਂ ਸੱਚੀ ਨੂੰ ਆ ਵੀ ਫੋਨਾਂ 'ਚ ਕੁਛ ਨਹੀਂ ਰੱਖਿਆ ਹੈਗਾ ਵੀ ਇਹ ਗੇਮ ਹੈ ਜਿਹੜੀ ਅਸੀਂ ਆਊਟਡੋਰ ਖੇਡਦੇ ਆ ਇਨਡੋਰ ਨਾਲੋਂ ਬਿਲਕੁਲ ਤੇ ਤੁਸੀਂ ਨਹੀਂ ਸੀ ਛੋਟੇ ਹੁੰਦੇ ਵਾ ਤਾਂ ਅਸੀਂ ਖੇਡੇ ਕੋਟਲਾ ਛਪਾਕੀ ਖੇਡੇ ਆ ਤੇ ਇੱਕ ਖੇਡਦੇ ਹੁੰਦੇ ਸੀ ਬਾਬਾ ਤੇਰੀ ਉੱਚ ਕੇ ਨੀਚ ਤੇ ਲੁਕਣ ਵਿੱਚ ਸਭ ਤੋਂ ਵੱਧ ਖੇਡੇ ਆ ਤੇ ਗੈਲਰੀ ਉਹਦੇ ਵਿੱਚ ਬਾਂਦਰ ਕਿੱਲਾ ਉਹ ਵੀ ਬਹੁਤ ਵੱਧ ਖੇਡਿਆ ਸੀ ਤਾਂ ਬਿਲਕੁਲ ਸਵਾਲ ਥੋੜਾ ਜਿਹਾ ਕੁਝ ਹਟ ਕੇ ਆ ਕਿ ਜਦ ਛੋਟੇ ਹੁੰਦੇ ਸੀਗੇ ਤਾਂ ਕਿਤੇ ਵਿਆਹ ਸ਼ਾਦੀ ਤੇ ਸਾਨੂੰ ਲੈ ਕੇ ਜਾਣਾ ਤਾਂ ਅਸੀਂ ਪੈਸੇ ਜ਼ਰੂਰ ਚੱਕ ਲੈਂਦੇ ਹੁੰਦੇ ਸੀ ਕਿਉਂਕਿ ਉਦੋਂ ਨਾ ਸਮਝ ਹੁੰਦੇ ਚੱਲ ਕਹਿੰਦੇ ਸੀ ਚੱਲ 10-20 ਜਿਹੜੇ ਆ ਆਪਾਂ ਚੀਜ਼ ਚੂਜ਼ ਲੈ ਲਾਂਗੇ ਜਾਂ ਕਿਵੇਂ ਹੈ ਨਾ
ਉਹ ਕਿਸੇ ਨੇ ਕੀਤਾ ਕਿਸੇ ਦਾ ਐਕਸਪੀਰੀਅੰਸ ਜਿਹੜਾ ਉਹ ਸਾਂਝਾ ਕਰਨਾ ਚਾਹੁੰਦਾ ਹੈ। ਮੈਂ ਬਿਲਕੁਲ ਆਪਣੀ ਭੂਆ ਦੇ ਵਿਆਹ ਤੇ ਕਰਿਆ ਸੀ, ਮੈਨੂੰ ਨਹੀਂ ਸੀ ਪਤਾ ਘਰਦਿਆਂ ਨੇ ਪਾਨ ਸੁੱਟੀ, ਮੈਂ ਕਿਹਾ ਕੀ ਪੈਸੇ ਸੁੱਟੀ ਜਾਂਦੇ ਆਪਣੇ ਹੀ ਘਰ ਦੇ ਪੈਸੇ ਸੁੱਟ ਰਹੇ ਆ, ਨਹੀਂ ਸੀ ਪਤਾ ਮੈਂ ਚੱਕ ਲਏ ਤੇ ਮੇਰੇ ਪਾਪਾ ਨੇ ਉੱਥੇ ਮੈਨੂੰ ਫੜ ਲਿਆ, ਉਹਨਾਂ ਨੇ ਮੇਰਾ ਕੰਨ ਫੜਿਆ, ਕਹਿੰਦੇ ਆ ਕੀ ਕੰਮ ਹੋ ਰਿਹਾ, ਮੈਂ ਕਿਹਾ ਤੁਸੀਂ ਪੈਸੇ ਸੁੱਟੇ ਸੀ ਮੈਂ ਚੱਕ ਲਏ, ਕਹਿੰਦੇ ਨਹੀਂ ਆਪਾਂ ਨਹੀਂ ਚੁੱਕਣੇ ਹੈਗੇ, ਵੀ ਬਾਕੀ ਚੱਕਦੇ ਚੱਕ ਲੈਂਦੇ ਆਪਾਂ ਨਹੀਂ ਚੱਕਣੇ, ਫਿਰ ਚਲੋ ਮੈਂ ਉੱਥੇ ਸੈੱਟ ਤੇ ਹੋ ਮੁੜ ਕੇ ਨਹੀਂ ਫਿਰ ਉਸ ਤੋਂ ਬਾਅਦ ਮੈਂ ਚੁੱਕੇ। ਅੱਛਾ ਠੀਕ ਹੈ, ਤੁਸੀਂ ਇੱਧਰ ਕਿਸੇ ਨੇ ਪੈਸੇ ਦਾ ਜਿਵੇਂ ਭਾਣ ਦੀ ਗੱਲ ਕਰੀ ਆ, ਜਿਵੇਂ ਇੰਨੇ ਕੁ ਪੈਸੇ ਮੇਰੇ ਕੋਲ ਇਕੱਠੇ ਹੋ ਗਏ ਤੇ ਭਾਈ ਕੋਲ ਗਈ, ਭਾਈ ਨੇ ਉਨੀਓ ਟੋਪੀਆਂ ਮੈਨੂੰ ਵਾਪਸ ਦੇ ਤੀਆਂ, ਮਤਲਬ ਉਹ ਵੀ ਇੰਸੀਡੈਂਟ ਬੜੇ ਯਾਦਗਾਰ ਹੁੰਦੇ ਆ। ਤੇ ਮਤਲਬ ਇੱਕ ਮੇਰੇ ਨਾਲ ਨਹੀਂ ਹੋਇਆ, ਮਤਲਬ ਮੇਰੇ ਬ੍ਰਦਰਸ ਨਾਲ ਮਤਲਬ ਐਵੇਂ ਹੋਇਆ, ਉਹਨਾਂ ਜਿਵੇਂ ਵਿਆਹ ਚ ਕਿਸੇ ਦੇ ਪੈਸੇ ਚੱਕ ਰਹੇ ਤੇ ਉਹਦੀ ਮੂਵੀ ਬਣੀ ਵੀ ਹੁਣ ਆਪਣੇ ਘਰੇ ਗੈਸਟ ਆਉਂਦੇ ਹੁੰਦੇ ਸੀਗੇ ਤਾਂ ਅਸੀਂ ਕੀ ਕਰਦੇ ਹੁੰਦੇ ਸੀਗੇ ਵੀ ਚਲੋ ਉਹਨਾਂ ਨੂੰ ਜਾ ਲੈਣ ਦੋ ਵੀ ਅਸੀਂ ਬਾਅਦ ਚ ਖਾ ਲੈ, ਜਾਂਦੇ ਹੀ ਆਪਾਂ ਕਹਿਣਾ ਵੀ ਮੰਮੀ ਲਿਆ ਮੈਂ ਸਮੋਸਾ ਖਾਣਾ, ਮੈਂ ਖਾਣਾ ਕਿੰਨੇ ਵੱਜ ਗਏ ਕਿੰਨੇ ਵੱਜ ਗਏ ਹਨਾ, ਤੇ ਤੁਸੀਂ ਕੀ ਕਰਦੇ ਹੁੰਦੇ ਸੀ? ਅਸੀਂ ਵੀ ਏਦਾਂ ਹੀ ਪਹਿਲਾਂ ਤਾਂ ਉਹਨਾਂ ਨੇ ਕਈ ਜਨਮ ਖਿਆ ਲੈ ਲਓ ਤੁਸੀਂ ਲੈ ਲਓ, ਅਸੀਂ ਕਿਹਾ ਨਹੀਂ 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 ਬਸ ਅਸੀਂ ਨਹੀਂ ਲੈਣਾ, ਬਸ ਅਸੀਂ ਨਹੀਂ ਖਾਣਾ। ਜਦੋਂ ਉਹਨਾਂ ਨੇ ਗੇਟ ਤੋਂ ਬਾਹਰ ਜਾਣ ਤਾਂ ਅਸੀਂ ਵਿਆਹ ਮੇਰਾ ਮੇਰਾ, ਹਾਂਜੀ ਹਾਂ, ਵੰਡ ਲੈਣੇ ਚੀਜ਼ਾਂ ਇੱਕ ਦੂਜੇ ਨਾਲ ਵੀ ਇਹ ਤੇਰੀਆਂ ਇਹ ਮੇਰੀਆਂ, ਤੇ ਜਿਹੜੇ ਉਹਨਾਂ ਨੇ ਪੈਸੇ ਦੇਣੇ ਉਹ ਤਾਂ ਬਿਲਕੁਲ ਉਹਨੇ ਕਹਿਣਾ ਵੀ ਇੰਨੇ ਪੈਸੇ ਮੇਰੇ ਇੰਨੇ ਪੈਸੇ ਮੇਰੇ, ਲੜਾਈ ਹੋ ਜਾਂਦੀ ਸੀ ਕਈ ਵਾਰ ਮੈਂ ਨਹੀਂ ਦੇਣੇ ਪੈਸੇ, ਤੇ ਰਿਸ਼ਤੇਦਾਰ ਵੀ ਸ਼ਗਨ ਦੇ ਕੇ ਜਾਂਦੇ ਹੁੰਦੇ ਸੀ, ਪਹਿਲਾਂ ਤਾਂ ਕਹਿਣਾ ਵੀ ਨਾ ਨਾ ਪਹਿਲਾਂ ਨਾ ਨਾ ਰਹਿੰਦੇ ਇੰਨੇ ਬੋਲ ਬਹੁਤੇ ਨੇ ਇਹ ਪੈਸੇ ਵੀ ਘੱਟ ਕਰ ਦੋ, ਉਹ ਕਹਿੰਦੇ ਵੀ ਇੰਨੀ ਕੁ ਚੀਜ਼ ਤਾਂ ਕੋਈ ਆਉਣੀ ਵੀ, ਅਸੀਂ ਕਹਿੰਦੇ ਨਹੀਂ ਆਜੂਗੀ ਨਹੀਂ ਨਹੀਂ, ਉਹਨੇ ਦੇ ਜਾਣੇ ਫਿਰ ਉਹੀ ਪਿੱਛੇ ਲੜ ਪੈਣਾ ਭੈਣ ਭਾਈਆਂ ਨੇ। ਜਿਵੇਂ ਰਿਸ਼ਤੇਦਾਰ ਪੈਸੇ ਦੇ ਕੇ ਜਾਂਦੇ ਤੇ ਉਹ ਤਾਂ ਮੰਮਾ ਹੀ ਲੈ ਲੈ ਕਰਦੇ ਤੇ, ਮਤਲਬ ਆਪਾਂ ਵਰਗੇ ਚਲੋ ਚੁੱਪ ਰਹੇ ਕੁਛ ਨੀ ਚਲੋ ਦੇ ਦਿੰਦੇ ਤੇ ਜਾਂ ਕੁਛ ਨੀ, ਅੱਜ ਕੱਲ੍ਹ ਦੇ ਜਵਾਕ ਨਾ ਜਿਹੜੇ ਉਹ ਤਾਂ ਮੂੰਹ ਤੇ ਕਹਿ ਦਿੰਦੇ ਵੀ ਸਾਨੂੰ ਪੈਸੇ ਦੇਣ ਦਾ ਕੋਈ ਫਾਇਦਾ ਨੀ, ਵੀ ਲੈਣੇ ਤਾਂ ਮੰਮੀ ਨੇ ਉਹ ਸਾਨੂੰ ਦੋ ਨਾ, ਅੱਜ ਕੱਲ੍ਹ ਇਹ ਕਹਿ ਦਿੰਦੇ ਆ। ਬਿਲਕੁਲ ਬਿਲਕੁਲ, ਤੇ ਸਵਾਲ ਨਾਲ ਅੱਗੇ ਵੱਧਦੇ ਹਾਂ। ਤੇ ਜਦ ਅਸੀਂ ਛੋਟੇ ਹੁੰਦੇ ਸੀਗੇ ਬਚਪਨ 'ਚ ਅਸੀਂ ਕਾਫੀ ਸੱਟਾਂ ਵੀ ਲਵਾ ਲੈਂਦੇ ਹੁੰਦੇ ਸੀਗੇ ਹਨਾ, ਤੇ ਜਾਂ ਫਿਰ ਸੱਟ ਪਹੁੰਚਾ ਵੀ ਦਿੰਦੇ ਹੁੰਦੇ ਸੀਗੇ, ਕੋਈ ਇਹੋ ਜਿਹੀ ਮੈਮਰੀ ਹੋਵੇ ਜਿਹੜੀ ਯਾਦ ਹੋਵੇ? ਪਰ ਛੋਟੀ ਮੋਟੀ ਸੱਟਾਂ ਤਾਂ ਆਪਾਂ ਖਾਂਦੇ ਰਹਿੰਦੇ ਸੀ ਆਪਣੇ ਯਾਦ ਰਹਿੰਦੀਆਂ, ਤੇ ਇੱਕ ਮਤਲਬ ਫਨੀ ਜਿਹਾ ਮੇਰੇ ਹਲੇ ਵੀ ਯਾਦ ਆ, ਅਸੀਂ ਨਾ ਛੋਟੇ ਹੁੰਦੇ ਸਾਨੂੰ ਆਦਤ ਸੀ ਅਸੀਂ ਔਲੂ ਦੇ ਨਾਲ ਆਲੇ ਦੁਆਲੇ ਬਹਿਣਾ, ਜਿਸ ਪਾ ਮੱਝਾਂ ਨੂੰ ਪਾਣੀ ਪਿਲਾਉਂਦੇ ਹਾਂ। ਅੱਛਾ ਅੱਛਾ, ਅਸੀਂ ਬਹਿ ਜਾਣਾ ਉੱਥੇ ਤੇ ਮੇਰੇ ਭਰਾ ਨੇ ਕੀ ਕਰਿਆ, ਉਹਨੂੰ ਹਲਕਾ ਜਿਹਾ ਮੈਨੂੰ ਮੋਢੇ 'ਤੇ ਆ ਹਿਲਾਇਆ, ਉਹਨੂੰ ਕਿਹਾ ਕੀ ਹੁੰਦਾ ਨਾ ਮਾੜਾ ਜਿਹਾ, ਹਲਕੇ ਨਾਲ ਕੀ ਹੁੰਦਾ, ਉਹਨੇ ਹਲਕਾ ਜਿਹਾ ਧੱਕਾ ਦਿੱਤਾ, ਉਹਦਾ ਕੋਈ ਧਿਆਨ ਨਹੀਂ ਸੀ ਮੇਰੇ ਵੱਲ, ਉਹਨੇ ਹਲਕਾ ਜਿਹਾ ਧੱਕਾ ਦਿੱਤਾ ਮੈਂ ਔਲੂ ਦੇ ਵਿੱਚ ਮੂੰਹ ਦੇ ਭਾਰ, ਉਹਦੇ ਇਹੋ ਜਿਹੀਆਂ ਗਾਲਾਂ ਪਈਆਂ, ਮੁੜ ਕੇ ਉਹ ਮੇਰੇ ਨਾਲ ਕਦੇ ਨੀ ਆ ਕੇ ਬੈਠੇ, ਮੇਰੇ ਕਿਆ ਹੋਈ ਆਪਾਂ ਉੱਥੇ ਬੈਠੀਏ। ਅੱਛਾ ਅੱਛਾ, ਤੁਹਾਡੇ ਸੱਟ ਜ਼ਿਆਦਾ ਲੱਗੀ ਸੀ ਜਾਂ ਸੱਟ ਤਾਂ ਨਹੀਂ ਲੱਗੀ, ਮਤਲਬ ਮੂੰਹ 'ਚ ਪਾਣੀ ਭਰ ਗਿਆ ਸਾਰਾ ਨੱਕ, ਬਿਲਕੁਲ ਵਿੱਚ ਡੁੱਬਣ ਵਾਲਾ ਕੰਮ ਹੋ ਚੱਲਾ ਸੀ। ਠੀਕ ਆ, ਤੇ ਤੁਸੀਂ ਤੁਹਾਡੀ ਕੋਈ ਯਾਦ ਹੋਵੇ? ਹੁਣ ਵੀ ਯਾਦ ਹੈ ਕਿ ਮੀਂਹ ਦੇ ਦਿਨਾਂ ਵਿੱਚ ਗਲੀਆਂ ਭਰ ਜਾਂਦੀਆਂ ਹੁੰਦੀਆਂ ਤੇ ਸਾਈਕਲ ਚਲਾਉਂਦੇ ਹੁੰਦੇ ਸੀਗੇ ਮੀਂਹ ਦੇ ਦਿਨਾਂ ਵਿੱਚ, ਤੇ ਮੋੜ ਦੇ ਉੱਤੇ ਨਾ ਮੈਨੂੰ ਸਕੂਟਰੀ ਵਾਲੇ ਨੇ ਟੱਕਰ ਦਿੱਤੀ, ਮੈਂ ਕਾਫੀ ਦੂਰ ਆ ਗਿਰਿਆ ਸੀਗਾ, ਪੈਰ ਦੇ ਪੂਰੇ ਟੱਕ ਲੱਗ ਗਏ ਸੀਗੇ, ਟਾਂਕੇ ਲੱਗਣ ਵਾਲੇ ਹੋ ਗਏ ਸੀ ਪਿੱਛੇ ਸਟੇਸ਼ਨ, ਤੇ ਮੈਨੂੰ ਮੋੜ ਤੇ ਵੀਰੇ ਹੋਣੀ ਸੀ ਉਹ ਲੈ ਕੇ ਗਏ ਘਰੇ, ਮੰਮਾ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਸਿੱਧਾ ਕਿਹਾ ਕਹਿੰਦੇ ਆਪਣੇ ਸੰਗਲ ਸੁੰਗਲ ਪਾ ਕੇ ਰੱਖਿਆ ਕਰੋ ਬੱਚੇ ਨੂੰ, ਬਾਹਰ ਵਿੱਚ ਵੱਜਦਾ ਫਿਰਦਾ, ਤੇ ਮੰਮਾ ਨੇ ਐ ਨੀ ਦੇਖਿਆ ਕਿ ਸੱਟ ਕਿੰਨੀ ਜ਼ਿਆਦਾ ਲੱਗੀ ਹੈ, ਉਹਨਾਂ ਨੇ ਦੇਖਿਆ ਮੇਰੇ ਮੂੰਹ ਤੇ ਦੋ ਚਿਬੜਾ ਮਾਰੀਆਂ, ਪਹਿਲਾਂ ਗਾਲਾਂ ਕੱਢੀਆਂ ਫੇਰ ਕੱਢੀਆਂ ਥੱਪੜ ਮਾਰੇ ਫੇਰ ਉੱਠ ਰਿਹਾ, ਹੁਣ ਦੱਸ ਕੀ ਹੋਇਆ? ਹਾਂ ਡਾਂਟ ਪਈ ਪਹਿਲਾਂ। ਠੀਕ ਹੈ ਠੀਕ ਹੈ, ਤੇ ਮੀਂਹ ਤਾਂ ਮੈਨੂੰ ਯਾਦ ਆਇਆ ਕਿ ਛੋਟੇ ਹੁੰਦੇ ਸਾਡੇ ਬਚਪਨ 'ਚ ਅਸੀਂ, ਅੱਜ ਵੀ ਸ਼ਾਇਦ ਅੱਜ ਬਹੁਤ ਘੱਟ ਹੁੰਦੀ ਆ ਉਹ ਚੀਜ਼, ਕਿ ਸੋਚ ਕਹਿੰਦੇ ਸੀਗੇ ਵੀ ਮੀਂਹ ਪੈ ਜਦ ਮੀਂਹ ਨਹੀਂ ਪੈਂਦਾ ਹੁੰਦਾ ਸੀਗਾ ਤਾਂ ਕਹਿੰਦੇ ਸੀਗੇ ਕਿ ਗੁੱਡੀਆਂ ਜਿਹੜੀਆਂ ਆ ਉਹ ਫੂਕਦੇ ਸੀਗੇ ਤਾਂ ਉਹਦੇ ਨਾਲ ਮੀਂਹ ਪੈ ਜਾਂਦਾ ਹੈ ਹਨਾ, ਤੇ ਤੁਸੀਂ ਕੋਈ ਇਹੋ ਜਿਹੀ ਕੀਤੀ ਹੋਵੇ? ਅਸੀਂ ਗੁੱਡੀਆਂ ਤਾਂ ਬਹੁਤ ਫੂਕੇ ਆ ਮੀਂਹ ਪੈਣ ਲਈ, ਪਰ ਇੱਕ ਵਾਰ ਨਾ ਮਤਲਬ ਮੀਂਹ ਪੈ ਨਹੀਂ ਰਿਹਾ ਸੀ, ਗੁੱਡੀਆਂ ਵੀ ਫੂਕ ਲਈ ਫਿਰ ਵੀ ਨਹੀਂ ਪਿਆ, ਫਿਰ ਅਸੀਂ ਜਦੋਂ ਫੇਰ ਦੁਆਰ ਤੇ ਗੁੱਡੀ ਲੈ ਕੇ ਗਏ ਨਾ, ਉਹ ਕਹਿੰਦੇ ਆ ਵੀ ਜੇ ਕੋਈ ਰੋਊਗਾ ਨਾ ਮਤਲਬ ਆਪਣੇ ਦਿਲੋਂ ਜਾਂ ਮਤਲਬ ਕੁੱਟ ਖਾ ਕੇ ਵਿੱਚ ਜਿਵੇਂ ਮਰਜ਼ੀ ਰੋਵੇ ਹਨਾ, ਵੀ ਜੇ ਰੋਊਗਾ ਤਾਂ ਹੀ ਜਿਹੜਾ ਮੀਂਹ ਪਊਗਾ ਵੀ ਤਾਂ ਹੀ ਜਿਹੜਾ ਤੁਹਾਡੀ ਗੁੱਡੀ ਫੂਕਣੀ ਸਫਲ ਹੋਊਗੀ, ਉੱਥੇ ਉਸ ਟਾਈਮ ਤੇ ਨਾ ਅਸੀਂ ਇੱਕ ਜਵਾਕ ਭੰਨਿਆ ਦਾ, ਉਹ ਕੁੱਟ ਕੇ ਉਹਨੂੰ ਇੰਨਾ ਕੁੱਟਿਆ ਇੰਨਾ ਕੁੱਟਿਆ ਰੋਣ ਲੱਗ ਗਿਆ, ਉਹ ਰੋਇਆ ਪੂਰਾ ਰੋਇਆ, ਚਲੋ ਉਹਦੇ ਬਾਅਦ ਫਿਰ ਪੈ ਗਿਆ ਤਾਂ ਮੀਂਹ ਤਾਂ ਨਹੀਂ ਪੈ ਵੀ ਗਿਆ ਸੀ, ਫਿਰ ਇੱਕ ਹੁੰਦਾ ਵੀ ਜਦ ਗੁੱਡੀ ਫੂਕੇ ਆਉਂਦੇ ਫਿਰ ਮਿੱਠੇ ਚੌਲ ਬਣਾਉਂਦੇ ਆ, ਫਿਰ ਸਾਰੇ ਮਤਲਬ ਜਵਾਕਾਂ ਨੂੰ ਚੋਇਓ ਹੁੰਦਾ ਵੀ ਗੁੱਡੀ ਫੂਕੇ ਆਏ ਆ ਤੇ ਚੌਲ ਮਿਲੂਗੇ, ਖਾਣ ਪੀਣ ਦਾ ਜਿਵੇਂ ਸ਼ੌਂਕ ਹੁੰਦਾ ਹੈ। ਬਿਲਕੁਲ ਬਿਲਕੁਲ, ਤੇ ਇੱਧਰ ਕਿਸੇ ਨੇ ਐਵੇਂ ਦਾ ਕੁਝ ਹੈਗਾ?
ਅਸੀਂ ਪੂਰੇ ਮਹੱਲੇ ਨੇ ਪਹਿਲਾਂ ਤਾਂ ਗੁੱਡੀ ਫੁੱਕ ਕੇ ਆਉਣੀ, ਫਿਰ ਉਹ ਤਾਂ ਸਾਰਿਆਂ ਨੇ ਘਰਾਂ ਚੋਂ ਆਟਾ ਉੱਟਾ ਇਕੱਠਾ ਕਰਕੇ ਮਿੱਠੀਆਂ ਰੋਟੀਆਂ ਲਾਉਣੀਆਂ, ਗੁਲਗੁਲੇ ਬਣਾਉਣੇ, ਸਾਰੇ ਨਿਆਣੇ ਨੇ ਫਿਰ ਖਾਣੀ, ਜਿਹਨੂੰ ਨਹੀਂ ਮਿਲਦਾ ਉਹ ਰੋਣ ਲੱਗ ਜਾਂਦਾ ਮੈਨੂੰ ਨੀ ਦਿੱਤੇ ਇਹਨਾਂ ਨੇ। ਅੱਛਾ ਅੱਛਾ, ਐਵੇਂ ਦਾ ਵੀ ਹੁੰਦਾ ਹੁੰਦਾ ਸੀ, ਮੀਂਹ ਪੈ ਜਾਂਦਾ ਸੀ, ਮੀਂਹ ਪੈ ਜਾਂਦਾ ਸੀਗਾ ਹਨਾ। ਤੇ ਠੀਕ ਹੈ ਬਹੁਤ ਵਧੀਆ। ਤੇ ਇੱਕ ਗੀਤ ਵੀ ਹੈ ਸ਼ੈਰੀ ਮਾਨ ਜੀ ਦਾ, ਤੇ ਸ਼ੈਰੀ ਮਾਨ ਦਾ, ਤੇ ਉਹ ਕਹਿੰਦੇ ਆ ਕਿ ਬਚਪਨ ਕਰ ਗਿਆ ਚਾਤੀ ਰੱਬਾ ਕਿੱਥੇ ਜਾਨ ਫਸਾਤੀ, ਹਨਾ। ਤੇ ਅੱਜ ਦੇ ਹੁਣ ਆਪਾਂ ਜਿੱਦਾਂ ਵੱਡੇ ਹੋ ਗਏ ਹਾਂ, ਤੇ ਕਿਉਂਕਿ ਸਾਡੇ ਸਿਰ ਤੇ ਬਹੁਤ ਜ਼ਿੰਮੇਵਾਰੀਆਂ ਵੀ ਪੈ ਗਈਆਂ ਨੇ, ਤੇ ਕਹਿੰਦੇ ਵੀ ਹਾਂ ਵੀ ਅਸੀਂ ਪੜ੍ਹਨਾ, ਆਪਣੇ ਫਿਊਚਰ ਨੂੰ ਲੈ ਕੇ ਸੋਚਦੇ ਹਾਂ ਵੀ ਅਸੀਂ ਅੱਗੇ ਕੀ ਕਰਨਾ ਜਾਂ ਕੀ ਨਹੀਂ ਕਰਨਾ, ਹਨਾ। ਤੇ ਉਹ ਸਭ ਤੋਂ ਵੱਧ ਤੁਸੀਂ ਹੁਣ ਕੀ ਮਿਸ ਕਰਦੇ ਹੋ ਬਚਪਨ ਨੂੰ ਲੈ ਕੇ? ਮੰਮੀ ਦੀਆਂ ਗਾਲਾਂ, ਖੇਲ ਕੁੱਦ ਕੇ ਬਸ ਨਜ਼ਾਰੇ ਲੈ ਕੇ ਆਪਣਾ ਆਰਾਮ ਕਰਦੇ ਤੇ, ਮਤਲਬ ਹੁਣ ਜਿਵੇਂ ਆਪਾਂ ਟੈਨਸ਼ਨ ਲੈਂਦੇ ਆਪਾਂ ਫਿਊਚਰ, ਜਿਵੇਂ ਹੁਣ ਆਪਾਂ ਪੜ੍ਹਦੇ ਵੀ ਅੱਗੇ ਅੱਗੇ ਜੋਬ ਵਗੈਰਾ ਜਾਂ ਹੋਰ ਵੀ, ਮਤਲਬ ਬਹੁਤ ਜ਼ਿਆਦਾ ਟੈਨਸ਼ਨਾਂ ਹੁੰਦੀਆਂ, ਉਸ ਟਾਈਮ ਕੋਈ ਟੈਨਸ਼ਨ ਨਹੀਂ ਹੁੰਦੀ ਸੀ, ਹੁਣ ਨਜ਼ਾਰਾ ਲੈਂਦੇ ਤੇ ਆਰਾਮ ਨਾਲ। ਉਹੀ ਤੁਹਾਡੀ ਗੱਲ ਨਾਲ ਮੈਨੂੰ ਯਾਦ ਆਇਆ ਕਿ ਕਹਿੰਦੇ ਹੁੰਦੇ ਸੀ ਕਿ ਬਚਪਨ 'ਚ ਅਸੀਂ ਬਚਪਨ 'ਚ ਹੀ ਸੋਚ ਲੈਂਦੇ ਸੀ ਮੈਂ ਵੱਡੀ ਹੋ ਕੇ ਆਹ ਬਣਨਾ ਜਾਂ ਵੱਡੀ ਹੋ ਕੇ ਆਹ ਬਣਨਾ, ਹਨਾ, ਇਹੋ ਜਿਹਾ ਕੁਝ ਵੀ ਅਸੀਂ ਸੋਚਦੇ ਰਹਿੰਦੇ ਸੀਗੇ। ਤੇ ਮੈਨੂੰ ਲੱਗਦਾ ਅੱਜ ਲਈ ਇੰਨਾ ਕਾਫੀ ਹੈ। ਤੇ ਦਰਸ਼ਕੋ, ਮੈਨੂੰ ਲੱਗਦਾ ਕਿ ਤੁਸੀਂ ਅੱਜ ਦੀ ਵੀਡੀਓ ਸਾਡੀ ਬਹੁਤ ਹੀ ਪਸੰਦ ਕੀਤੀ ਹੋਵੇਗੀ, ਇੰਜੋਏ ਕੀਤੀ ਹੋਵੇਗੀ, ਕਿ ਤੁਸੀਂ ਵੀ ਆਪਣੇ ਬਚਪਨ ਦੇ ਦਿਨ ਜ਼ਰੂਰ ਯਾਦ ਕੀਤੇ ਹੋਣਗੇ। ਅਤੇ ਉਮੀਦ ਕਰਦੀ ਹਾਂ ਕਿ ਇਸੇ ਤਰ੍ਹਾਂ ਸਾਡੇ ਯੂਟਿਊਬ ਚੈਨਲ ਨਾਲ ਜੁੜੇ ਰਹੋ ਅਤੇ ਇਹੋ ਜਿਹੇ ਪ੍ਰੋਗਰਾਮ ਲੈ ਕੇ ਆਉਂਦੇ ਰਹਾਂਗੇ। ਸੋ ਹੁਣ ਸਾਨੂੰ ਦਿਓ ਇਜਾਜ਼ਤ, ਧੰਨਵਾਦ। Done. ਸਵਾਲਾਂ ਲੱਗਦੇ ਵੱਧਦੇ ਆ। ਮੈਂ ਵੀ ਦੇਖਣਾ ਕਿੱਦਾਂ ਬੈਠੂ।